ਤਕਵਾ ਸਮਾਰਦਾ ਚਮਚਾਗਰੀ ਦੇ ਵਿੱਚ ਨਾ ਕਈ ਵਾਰ ਐਵੇਂ ਫਟਦੀ ਹੁੰਦੀ ਤੋਪੇ ਲਾਉਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਆ ਜਨਾਨੀ ਦੀ ਲੈਂਗੁਏਜ ਇੱਕ ਇੱਕ ਬੰਦੇ ਦੇ ਦੋ ਦੋ ਭੈਣਾ ਸਕੀਆਂ ਦਾ ਵਿਆਹ ਕਰਾਏ ਉਹਦੀਆਂ ਵੀ ਆਧਾਰਨਾ ਹੈਗੀਆਂ ਪਿੰਡ ਚ ਵੀ ਇਹ ਕਿਵੇਂ ਹੈ ਇਹ ਪਿੰਡ ਚ ਵੀ ਤਿੰਨ ਵਿਆਹ ਹੈਗੇ ਤਿੰਨ ਬੰਦਿਆਂ ਦੇ ਵਿਆਹ ਹੈ ਦੋ ਦੋ ਯਾਰ ਪਰਿਵਾਰਕ ਸਹਿਮਤੀ ਨਾ ਬਹੁਤ ਕੁਝ ਹੁੰਦਾ ਪੰਜਾਬ ਚ ਪਰਮੇਂਦਰ ਦੇ ਦੋ ਵਿਆਹ ਹੈ ਕਿਸਨੂੰ ਵੀ ਲਾ ਨਹੀਂ ਪਾਤਾ ਤੇ ਕੁਝ ਕੁ ਰ ਪਰ ਅਮ ਚੇਂਜ ਕੀਤਾ ਸੀ ਨਾ ਉਹ ਮੁਸਲਮ ਚ ਕਨਵਰਟ ਹੋਇਆ ਸੀ ਉਸ ਤੋਂ ਬਾਅਦ ਵਿਆਹ ਨਾ ਅੱਜ ਵੀ ਧਰਮਿੰਦਰ ਸਿੰਘ ਦੇ ਨਾਂ ਤੇ ਉਹਦੀਆਂ ਆਈਡੀਆਂ ਸਾਰਾ ਕੁਝ ਧਰਮਿੰਦਰ ਦੇ ਨਾਂ ਤੇ ਚੱਲਦਾ ਬਹੁਤ ਉਦਾਹਰਣਾਂ ਆਇਓ ਜੀਆਂ ਆਪਣੇ ਜਥੇਦਾਰ ਸਾਹਿਬ ਹੈ ਪਟਨਾ ਸਾਹਿਬ ਵਾਲੇ ਨਾਲ ਵੀ ਦੋਸਤ ਰਹੇ ਸੀ ਇਤਨਾ ਬਹੁਤ ਕੁਝ ਹੈ ਇਮਪ੍ਰੈਸ ਹੋਏ ਹੋ ਇੰਨਾ ਚੀਜ਼ਾਂ ਤੋਂ ਤੁਸੀਂ ਇਮਪ੍ਰੈਸ ਹੋਏ ਹੋ ਪਿੰਡ ਚ ਕਲਚਰ ਹੀ ਹੈ ਇਹ ਦੋ ਦੋ ਵਿਆਹ ਇਹ ਜਿਹੇ ਰਿਲੇਸ਼ਨ ਤੁਹਾਡੇ ਪਿੰਡ ਦੀ ਕੀ ਇਹ ਤਸਵੀਰ ਹੈਗੀ ਹੈ ਸਾਡੇ ਪਿੰਡ ਦੀ ਨਹੀਂ ਪੰਜਾਬ ਦੇ ਤੁਹਾਡਾ ਕਿਹੜਾ ਪਿੰਡ ਪੈਂਦਾ ਤਿਆਲਾ ਕਾਸਤੋ ਅਸਟਿਆਲਾ ਨਾ ਤੂੰ ਆਵਦੇ ਕਲੋਨੀ ਜਾ ਕੇ ਵੇਖੀ ਉੱਥੇ ਵੀ ਕੋਈ ਨਾ ਤੁੰਗ ਰੱਬ ਜਾਣ ਕੇ ਦੋ ਪਿਆਲੇ ਮਾਗੀ ਮੂਰੇ ਕੈਪਟਨ ਰਿੰਦਰ ਸਿੰਘ ਦਾ ਘਰ ਪੈਂਦਾ ਉਹਦੇ ਤਿੰਨੇ ਆ ਇੱਕ ਪਹਿਲੋਂ ਇਧਰ ਬੀਬੀ ਕੋਲ ਚੈਲ ਸੀ ਪਛਾਇਆ ਤੇ ਉੱਤਰ ਚੈਲ ਬਾਰ ਬਣਾਇਆ ਓਦਵਾਰ ਬੀਬੀ ਰੋਸਾ ਮੈਂ ਤਾਂ ਵਿਆਹ ਕਰਾਇਆ ਉਹਨਾਂ ਨੇ ਤਾਂ ਵੈਸੇ ਵੀ ਰੱਖੀਆਂ ਸੀ ਔਰ ਲੱਖ ਬੰਦੇ ਨੂੰ ਛੇਕ ਦੇਣਗੇ ਲੱਖ ਨੂੰ ਛੇਕ ਦੇਣਗੇ ਤੇ ਮੈਨੂੰ ਵੀ ਛੇਕ ਦੇਣਾ ਤੇ ਜੇ ਕੋਈ ਜਿੱਥੇ ਉਹ ਤੁਰੇ ਫਿਰਨਗੇ ਤੱਕ ਛੇਕੇ ਤੇ ਮੈਂ ਵੀ ਚੁਗਿਆ ਤੁਰੇ ਫਿਰੂੰਗਾ ਆਮਾਦੀ ਪਾਰਟੀ ਨੂੰ ਇਸ ਨੂੰ ਟ੍ਰੋਲ ਵੀ ਕੀਤਾ ਜਾਂਦਾ ਕਹਿੰਦੇ ਬਦਲਾਅ ਦੀ ਗੱਲ ਕਰਦੇ ਸੀ ਕਹਿੰਦੇ ਦੋ ਵਿਆਹਾਂ ਬਦਲਾਅ ਕਿਹੜਾ ਆ ਗਿਆ ਹੁਣ ਬਾਜਵਾ ਸਾਹਿਬ ਦੇ ਡੈਡੀ ਦੇ ਦੋ ਵਿਆਹ ਹੋਏ ਆ ਉਹ ਕਿਵੇਂ ਕਹਿ ਸਕਦਾ ਵੀ ਪਤਰਾ ਆ ਰਾਜੀ ਵੜਿੰਗ ਦੇ ਫਾਦਰ ਦੇ ਤਿੰਨ ਵਿਆਹ ਹੋਏ ਆ ਉਹ ਕਿਹੜੇ ਮੂੰਹ ਨਾਲ ਕਹਿੰਦੇ ਵੀ ਇਹ ਬਦਲਾਅ ਤਿੰਨ ਤਿੰਨ ਵਿਆਹਾਂ ਵਾਲਾ ਬਾਜਵਾ ਸਾਹਿਬ ਜਿਹੜੇ ਗੱਲਾਂ ਕਰਦੇ 2003 ਵਿੱਚ ਤੁਹਾਨੂੰ ਪਤਾ ਨਾ ਗੁਜਰਾਸ ਕੇਤਲ ਹੋਇਆ ਸੀ ਉਹਦੇ ਚ ਨਾ ਆਇਆ ਸੀ ਕਿਹੜਾ ਦੁੱਧ ਤੋਤਾ ਆ ਮੈਨੂੰ ਕਹਨੂੰ ਕਹਾਂ ਉਹ ਫਲਾਣਾ ਦੁੱਧ ਤੋਤਾ 2 ਲੀਟਰ ਆ ਜਿਹੜਾ ਫਸ ਗਿਆ ਉਹ ਚੋਰ ਦੂਜੇ ਸਾਧ ਗੱਲਾਂ ਆ ਯਾਨੀ ਲੀਡਰਸ ਆ ਰਹੀ ਹੈ ਇਹੋ ਜਿਹੀ ਯਾਰ ਸਾਰੇ ਪੰਜਾਬ ਚ ਤੈਨੂੰ ਇਹਨਾਂ ਲੱਖ ਵਿਆ ਹੋਇਆ ਤਾਂ ਬੰਦੇ ਹੀ ਆਓ ਸੀਐਮ ਤੁਸੀਂ ਫਿਰ ਸੀਐਮ ਨੂੰ ਵੀ ਆਪਣੀ ਇਸੀ ਕੈਟਾਗਰੀ ਚ ਦੇ ਯਾਰ ਜਦੋਂ ਲੱਖਾਂ ਚ ਸਾਰੇ ਆਉਂਦੇ ਆ ਤੁਸੀਂ ਤੁਸੀਂ ਅਜੇ ਵੀ ਉਸੀ ਚੀਜ਼ ਦੇ ਉੱਤੇ ਹੋ ਕਿ ਕਿ ਮੇਰੇ ਪਿੰਡ ਦੇ ਵਿੱਚ ਵੀ ਤਿੰਨ ਤਿੰਨ ਵਿਆ ਆਏ ਤੁਸੀਂ ਇਸ ਚੀਜ਼ ਨੂੰ ਇ tanto ਲੱਗਦਾ ਕਿ ਸੈਲੀਬ੍ਰੇਟ ਸੈਲੀਬ੍ਰੇਟ ਕਰ ਹਿੰਦੁਸਤਾਨ ਚ ਕਰੋੜਾ ਵਿਆ ਦੁੱਤੀ ਦੋ ਆ ਅਜੇ ਇਹ ਤੋਂ ਬਾਤ ਕਢਾ ਹਟ ਇਹ ਤੋਂ ਬਾਅਦ ਵੀ ਹੋ ਗਈ ਲੋਕਾਂ ਦੇ ਜਿੰਨੂੰ ਲੋੜ ਆ ਵਿਆਦੀ ਦੁਬਾਰਾ ਉਹਨੇ ਕਰਾਉਣੇ ਕਰਾਉਣੇ ਆ ਗਲਤੀ ਹੋਈ ਹੈ ਤੁਹਾਡੇ ਤੋਂ ਗਲਤੀ ਹੋਈ ਤੇ ਗਲਤੀ ਨਹੀਂ ਤੇ ਮੈਂ ਸੱਜਾ ਭੋਗ ਤੰਨਾ ਤੂੰ ਹੀ ਮੇਰੇ ਨਾਲ ਸਵਾਲ ਪੁੱਟੇ ਸੀ ਤਾਂ ਹੀ ਕਰ ਰਿਹਾ ਨਹੀਂ ਤੇ ਮੈਂ ਚੂਕ ਕਰਨ ਦੇਣਾ ਕਿ ਇਹਨੂੰ ਜੇ ਮੈਂ ਗਲਤੀ ਹੋਈ ਆ ਤੇ ਤਾਂ ਹੀ ਤੂੰ ਹੀ ਮੇਰੇ ਕਹਿ ਲੈ ਕੇ ਕਰਕੇ ਗੱਲਾਂ ਕਰਦੇ ਹੋ ਨਹੀਂ ਤੇ ਇਹੋ ਜੀ ਨੂੰ ਮੈਂ ਕੀ ਸਮਝਣਾ ਜਿਹੜਾ ਮੇਰਾ ਜਲੂਸ ਕੱਢਣ ਲਈ ਆ ਐਮਐਲਏ ਸਾਹਿਬ ਇਹ ਕਿਵੇਂ ਦੀ ਬਿਆਨਬਾਜ਼ੀਆਂ ਦੇ ਦਿੰਦੇ ਨੇ ਕਹਿੰਦੇ ਕੋਈ ਸ਼ਰਮ ਹੀ ਨਹੀਂ ਹੈਗੀ ਮੈਂ ਸਾਰੇ ਸਮਾਜ ਨਾਲੋਂ ਚੰਗਾ ਮੇਰੀ ਕਿਸੇ ਨਾ ਕੋਈ ਵੀਡੀਓ ਨਹੀਂ ਆਈ ਮੇਰੀ ਵੀਡੀਓ ਆਈ ਆ ਤੇ ਮੇਰੀ ਆਪਣੀ ਪਤਨੀ ਨੇ ਉਹ ਬਣਾ ਕੇ ਕਿਹੜਾ ਤੁਹਾਡੇ ਕੋ ਕਿਵੇਂ ਆ ਵੈਸੇ ਲੱਖ ਲੱਖ ਅੰਕੜਾ ਕਿਵੇਂ ਆ ਤੁਹਾਡੇ ਤੁਸੀਂ ਅੰਕੜਾ ਵਿਭਾਗ ਕੀ ਚਾਹੀਦਾ ਤੁਹਾਨੂੰ ਸਾਰਾ ਦੱਸ ਦੇ ਇਹ ਵੀ ਕਿੰਨੇ ਵਿਆਹ ਕਿਦੇ ਹੋਏ ਸਨਵਾਇਆ ਇਹ ਵਿਭਾਗ ਤੋਂ ਕੋਈ ਮੈਂ ਤੇ ਕੱਲੇ ਕੱਲੇ ਦੀ ਹਿਸਟਰੀ ਕਢਾਈ ਬਿਠਾ ਸਾਰੇ ਲੀਡਰਾਂ ਦੀ ਵੀ ਕਿਹੜਾ ਕਿਹੜਾ ਲੀਡਰ ਕੀ ਕੀ ਬੋਲਦਾ ਮੇਰੇ ਕੋ ਸਾਰਾ ਦਾ ਸਾਰਾ ਕੁਝ ਆ ਗਿਆ ਜਿਹੜੇ ਕਮੈਂਟ ਜਿਹੜੇ ਤੁਹਾਡੀਆਂ ਜਿਵੇਂ ਆਪ ਆਪਣੀ ਇੰਟਰਵਿਊ ਚੱਲੂਗੀ ਇਹ ਜੇ ਹੋਰ ਵੀ ਤੁਸੀਂ ਇੰਟਰਵਿਊ ਜਾਂਦੇ ਹੋ ਤੁਹਾਡੇ ਜਿਹੜੇ ਵਿਰੋਧੀ ਪਾਗੇ ਵਾਹ 80% 90 ਮੇਰੇ ਹੱਕ ਚ ਆਉਂਦੇ ਉਹਦੇ ਉਹਦੇ ਅੰਗੇਸਟ ਆਉਂਦੇ ਆ ਤੁਸੀਂ ਜਿੱਥੇ ਮਰਜੀ ਪੜਦੇ ਹੁੰਦੇ ਜਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਔਰ ਉਹਨਾਂ ਦੀ ਪਤਨੀ ਦਾ ਵਿਵਾਦ ਹੁਣ ਅਕਾਲ ਤਖਤ ਸਾਧ ਜਥੇਦਾਰ ਤੱਕ ਪਹੁੰਚ ਚੁੱਕਿਆ ਹੈ ਗੁਰਪ੍ਰੀਤ ਕਰੋੜਾ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਗਈ ਹੈ ਔਰ ਮੰਗ ਕੀਤੀ ਹੈ ਕਿ ਹਰਮੇਸ ਸਿੰਘ ਪਠਾਣ ਮਾਜਣਾ ਨੂੰ ਪੰਜ ਤੋਂ ਛੇਕਿਆ ਜਾਵੇ ਕਿਉਂਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਦਾ ਖਾਣ ਕੀਤਾ ਸਾਡੇ ਨਾਲ ਹਰਮੇਸ ਸਿੰਘ ਪਠਾਣ ਮਾਜਣਾਣੀ ਮੌਜੂਦ ਨੇ ਗੱਲਬਾਤ ਕਰਦੇ ਆ ਪਹਿਲਾਂ ਹਾਈ ਕੋਰਟ ਹੁਣ ਅਕਾਲ ਤਖਤ ਸਾਹਿਬ ਔਰ ਮੰਗਿਆ ਕਿ ਤੁਹਾਨੂੰ ਪੰਜ ਤੋਂ ਛੇਕ ਦਿੱਤਾ ਜਾਵੇ ਮੈਨੂੰ ਕਿਹੜੀ ਚੀਜ਼ ਤੋਂ ਛੇਕਿਆ ਜਾਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਬਈ ਵਿਆਹ ਉਹਦੇ ਵੀ ਉਹਦਾ ਤੀਜਾ ਮੇਰਾ ਦੂਜਾ ਉਦੀ ਸਹਿਮਤੀ ਨਾਲ ਮੇਰੇ ਪਰਿਵਾਰ ਦੀ ਸਹਿਮਤੀ ਨਾਲ ਉਹਦੇ ਪਰਿਵਾਰ ਦੀ ਸਹਿਮਤੀ ਨਾਲ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਹੋਇਆ ਮੇਰਾ ਖਲ ਲੱਖ ਵਾਂਗੂ ਵਿਆਹ ਪੰਜਾਬ ਚ ਲੋਕਾਂ ਤੇ ਡਬਲ ਹੋਇਆ ਤੇ ਪਰਿਵਾਰ ਦੀਆਂ ਸਹਿਮਤੀਆਂ ਨਾਲ ਸਾਰਾ ਕੁਝ ਹੁੰਦਾ ਜਦੋਂ ਆਪਾਂ ਸਹਿਮਤ ਸੀ ਉਦੋਂ ਤੇ ਸਾਰਾ ਕੁਝ ਠੀਕ ਸੀ ਤੇ ਹੁਣ ਆਪਾਂ ਜੇ ਕਹੀਏ ਵੀ ਮੈਂ ਜਾਂਦੇ ਹੋਏ ਨਾ 15 16 ਸਾਲਾਂ ਦੀ ਆ ਬਈ ਇਹਨੂੰ ਪਤਾ ਨਹੀਂ ਲੱਗਾ 45 ਸਾਲ ਹੋ ਮਰਿਆ 45 ਸਾਲ ਦੀ ਉਮਰ ਪੜੀ ਲਿਖੀ ਆ ਆਂਦੀ ਮੈਂ ਡਵਾਲ ਐਮ ਐ ਮੇਰੇ ਜਨਮ ਪੜਿਆ ਕੋਈ ਨਹੀਂ ਤੇ ਜੇ ਉਹ ਅੱਜ ਕਵੇ ਵੀ ਮੈਨੂੰ ਪਤਾ ਨਹੀਂ ਲੱਗਾ ਵੀ ਮੈਂ ਇਹ ਵਿਆਹਾ ਸੀ ਕਿ ਨਹੀਂ ਵਿਆਹਾ ਵਿੱਚ ਇਹ ਹਾਈ ਕੋਰਟ ਲਿਖ ਕੇ ਦੇ ਰਹੀ ਵੀ ਮੈਂ ਇਹਦੇ ਅਕਾਊਂਟ ਬੱਚੇ ਦੇ ਅਕਾਊਂਟ 'ਚ ਪੈਸੇ ਪਾਏ ਇਹਦੇ ਬੇਟੀ ਦੇ ਫੀਸ ਭਰੀ ਫਲਾਣਾ ਕੀਤਾ ਜਦੋਂ ਮੇਰੇ ਬੱਚਿਆਂ ਤੱਕ ਇਹਨੂੰ ਪਤਾ ਵੀ ਬੱਚੇ ਪੜਦੇ ਸੀ ਸਾਰਾ ਕੁਝ ਕਰਦੀ ਆ ਤੇ ਫਿਰ ਇਹ ਕਿਵੇਂ ਹੋ ਸਕਦਾ ਵੀ ਉਹਨੂੰ ਪਤਾ ਨਹੀਂ ਵੀ ਅਣਜਾਣ ਮੱਤੇ 'ਚ ਹੀ ਵਿਆਹ ਹੋ ਗਿਆ ਦੂਜਾ ਤੁਸੀਂ ਗੁਰਦੁਆਰੇ ਦੇ ਵਿੱਚ ਪਾਠੀ ਨੂੰ ਝੂਠ ਬੋਲਿਆ ਉਹਨੂੰ ਦੱਸਿਆ ਨਹੀਂ ਕਿ ਤੁਹਾਡੀ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਨਾ ਉਹਨੇ ਮੈਨੂੰ ਪੁੱਛਿਆ ਤੇ ਮੈਂ ਉਹਨੂੰ ਐਵੇਂ ਕਿਉਂ ਦੱਸਦਾ ਫਿਰਦਾ ਨਾ ਇਹਨੇ ਇਹ ਇਹਨੂੰ ਪਤਾ ਸੀ ਸਾਰਾ ਕੁਝ ਤੁਹਾਡਾ ਵੈਸੇ ਫਰਜ਼ ਨਹੀਂ ਬਣਦਾ ਸੀ ਦੱਸਣਾ ਕੀ ਕਲੀਅਰ ਕਰਨਾ ਕਿ ਮੈਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਨਹੀਂ ਨਹੀਂ ਮੈਂ ਵੀਰ ਸਾਡਾ ਜਿਹੜਾ ਪੰਚਾਇਤੀ ਫੈਸਲਾ ਹੋਇਆ ਪੰਚਾਇਤੀ ਡਿਵੋਰਸ ਜਿਵੇਂ ਪੰਜਾਬ ਚ ਹੁੰਦੇ ਰੂਟੀਨ ਚ ਤੁਹਾਡੇ ਜਿਹੜੇ ਆਮ ਰੂਟੀਨ ਦੇ ਹਨਾ ਜਿਹੜੇ ਪੰਚਾਇਤੀ ਫੈਸਲੇ ਆ ਉਹ ਤਕਰੀਬਨ ਮੇਰੇ ਹਲ 70% ਲੋਕ ਉਸੇ ਤਲਾਕ ਨੂੰ ਹੀ ਤਲਾਕ ਮੰਨਦੇ ਆ 30% ਤਲਾਕ ਆ ਜਿਹੜੇ ਕੋਰਟਾਂ ਚ ਤਲਾਕ ਹੁੰਦੇ ਆ ਨੰਨੇ ਰੂਟੀਂ ਚ ਸਭ ਇਤਰਾ ਹੀ ਇਹਨੇ ਇਹਦੀ ਸਹਿਮਤੀ ਨਾਲ ਤਲਾਕ ਹੋਇਆ ਪੰਚਾਇਤੀ ਵੀ ਮੈਨੂੰ ਕੋਈ ਨਹੀਂ ਤੁਸੀਂ ਪੰਚਾਇਤੀ ਕਰਾ ਲਓ ਪੰਚਾਇਤੀ ਇਹਦੀ ਸਹਿਮਤੀ ਨਾਲ ਤਲਾਕ ਹੋਇਆ ਪੰਚਾਇਤੀ ਨਾਲ ਸਾਰਾ ਕੁਝ ਹੋ ਕੇ ਇਹ ਹੋਇਆ ਸੀ ਇਹਦੇ ਹੁਣ ਜੋ ਮਰਜ਼ੀ ਕਹੀ ਜਾਵੇ ਹੁਣ ਇਹਦਾ ਮੈਮੂ ਥੋੜਾ ਫੜ ਲਾਉਂਦੇ ਕਹਿੰਦੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਹਨਾਂ ਦੇ ਤਿੰਨ ਵਿਆਹ ਹੋਏ ਨੇ ਥੋੜੀ ਦਰ ਪਹਿਲਾਂ ਹੀ ਪੂ ਪੰਜਾਬ ਟੀਵੀ ਤੇ ਇੰਟਰਵਿਊ ਦੇ ਰਹੇ ਸੀ ਉਹ ਕਹਿੰਦੇ ਕਿ ਹਰਮੀਤ ਪਠਾੜ ਮਜਰਾਉਣੀ ਆ ਕੇ ਕਿਹੜਾ ਮੇਰਾ ਕੰਨਿਆਦਾਨ ਕਰਕੇ ਗਏ ਨੇ ਜਾਂ ਤੁਸੀਂ ਦਰਿਆ ਉੱਥੇ ਵਿਚਾ ਕੇ ਗਏ ਹੋ ਮੇਰੇ ਵਿਆਹ ਚ ਜਾਂ ਫੋਟੋਗ੍ਰਾਫਰ ਸੀ ਫੋਟ ਇੱਕ ਜਦ ਤੁਸੀਂ ਉਹ ਵੀਡੀਓ ਵਖੀ ਨਾ ਜਿਹੜਾ ਆਖਿਆ ਵੀ ਸਾਰਾ ਟੱਬਰ ਸਾਡਾ ਖਾ ਗਿਆ ਵੀ ਸਾਡਾ ਚਾਚਾ ਵੀ ਮਰ ਗਿਆ ਉੱਤੇ ਦੋਸ਼ ਲਾਇਆ ਸੀ ਸਾਡਾ ਮੁੰਡਾ ਉਹ ਵੀ ਕੀ ਨਾ ਹੀ ਉਹਦਾ ਉਹ ਵੀ ਮਰ ਗਿਆ ਇਹਦੇ ਘਰ ਵਾਲਾ ਉਹਦੀ ਜੋ ਪਹਿਲੇ ਵਜੋਂ ਕੁੜੀ ਆ ਨਾਲ ਉਹਦਾ ਤਾਂ ਪਹਿਲਾਂ ਕਲੀਅਰ ਹੋ ਗਿਆ ਨਾ ਦੂਜਾ ਡੀਐਸਪੀ ਵਾਲਾ ਕਲੀਅਰ ਆ ਬਿਲਕੁਲ ਹੁਣ ਇੱਥੇ ਰਿਕਾਰਡ ਨਹੀਂ ਪਿਆ ਉਹਦੇ ਚ ਇਹ ਖੁਦ ਮੰਨੀ ਆ ਉਸ ਰਿਕਾਰਡ ਚ ਵੀ ਮੇਰਾ ਜਿਹੜਾ ਇਹਦਾ ਨਾਮ ਹੈ ਰਿਲੇਸ਼ਨ ਸੀ ਮੇਰੇ ਮੈਨੂੰ ਪਤਾ ਸੀ ਇਹ ਵਿਆਹਿਆ ਤੇ ਉਹਦੇ ਤੋਂ ਇਹਨੇ 6 ਲੱਖ ਰੁਪਏ ਲੈ ਕੇ ਫੈਸਲਾ ਕੀਤਾ ਦਿਲਪ੍ਰੀਤੋਂ ਫਿਰ ਉਹਦਾ ਵਿਚਾਰੇ ਦਾ ਘਰ ਜਾੜਿਆ ਉਹਦੀ ਘਰਦੀ ਦਾ ਤਲਾਕ ਇਹਨੇ ਉਹਨਾਂ ਕਰਾਇਆ ਉਹਦੀ ਘਰਦੀ ਨੇ ਇੱਥੇ ਪਰਚਾ ਕਰਾਇਆ ਸੀ ਉਹ ਵੀ ਭਰੀ ਹੋਇਆ ਫਿਰ ਇਹ ਉਹਦੇ ਤੋਂ ਪੈਸੇ ਲੈ ਕੇ ਇਹਨੇ ਉਹਦਾ ਖੇੜਾ ਛੱਡਿਆ ਫਿਰ ਇਹਨਾਂ ਨੇ ਉੱਥੇ ਗਏ ਹਮਾ ਚਲੋ ਉੱਥੇ ਗੋਲੀ ਚਲਾਈ ਗੋਲੀ ਇਹਨੇ ਚਲਾਈ ਉਹ ਭੁਗਤੀ ਵਿਚਾਰੇ ਨੇ ਉਹਨੇ ਡੀਐਸਪੀ ਨੇ 2 ਸਾਲ ਕੇਸ ਉੱਥੇ ਜਾ ਕੇ ਫੈਸਲਾ ਹੋਇਆ 2 ਸਾਲਾਂ ਬਾਅਦ ਇਹਨੇ ਉਹਨੂੰ ਮਰਨ ਤੇ ਕਿਨਾਰੇ ਤੱਕ ਉਸ ਡੀਐਸਪੀ ਨੂੰ ਇਹਨੇ ਪਹਿਲੋਂ ਕੀਤਾ ਮੇਰੇ ਤੋਂ ਪ੍ਰੂਫ ਮੰਗਦੇ ਪ੍ਰੂਫ ਤੇ ਨੇ ਕੋਟਾ ਚ ਦਿੱਤੇ ਆ ਮੈਂ ਉਹ ਤੇ ਮੈਂ ਤੇ ਕੋਟਾ ਹੀ ਲਾ ਕੇ ਦਿੱਤੇ ਆ ਜਿਹੜੇ ਜਿਹੜੇ ਪ੍ਰੂਫ ਇਹਨੇ ਮੈਨੂੰ ਦਿੱਤੇ ਸੀ ਹੁਣ ਜਦੋਂ ਹੁਣ ਕਾਲ ਤਖਤ ਦੇ ਜਥੇਦਾਰ ਵਾਲ ਤੁਰ ਪਿਓ ਸਾਡੇ ਸਤਕਾਰ ਜੋ ਗਿਆ ਸਾਡੇ ਪਾਉ ਪਿਆਓ ਉਹ ਜਦੋਂ ਮੈਨੂੰ ਬੁਲਾਉਣ ਕੇ ਮੇਰਾ ਪੱਖ ਤੇ ਸੁਣਨਗੇ ਨਾ ਮੈਂ ਪੱਖ ਦੱਸੂਗਾ ਵੀ ਜੇ ਮੈਂ ਗੁਨਾਹਗਾਰ ਇਹ ਚ ਬਣਦਾ ਤੇ ਤੁਹਾਨੂੰ ਮੈਨੂੰ ਜੋ ਸਜ਼ਾ ਦੋਗੇ ਮੈਂ ਭੁਗਤਣ ਨੂੰ ਤਿਆਰ ਆ ਉਹ ਸਾਡੇ ਪਾਉ ਪਿਆ ਸਾਡਾ ਰਾਜਾ ਸਮਝ ਲੋ ਸਿੱਖਾਂ ਦਾ ਤੁਸੀਂ ਕਹਿੰਦੇ ਹੋ ਤਨ ਵਿਆ ਪਰ ਗੁਰਪ੍ਰੀਤ ਕੌਰ ਨੇ ਤਾਂ ਐਦਾਂ ਤੁਹਾਨੂੰ ਪੋਰਟਰੇ ਕਰ ਰਹੇ ਆ ਜਿਵੇਂ ਤੁਸੀਂ ਕੈਸੇਨੋਵਾ ਹੋ ਪਲੇ ਬாய் ਹੋ ਹੋ ਕਿਉਂਕਿ ਕਹਿੰਦੇ ਕਿ 28 29 ਤੁਹਾਡੀਆਂ ਸਹੇਲੀਆਂ ਰਹੀਆਂ ਨੇ ਵਿਆਹ ਤੁਸੀਂ ਕਹਿੰਦੇ ਇੰਨੇ ਕੁੜੀਆਂ ਦਾ ਕਰ ਚੁੱਕੇ ਹੋ ਕਹਿੰਦੇ ਮੇਰੇ ਕੋ ਸਾਰੇ ਪ੍ਰੂਫ ਨੇ ਇਹ ਗੁਰਪ੍ਰੀਤ ਕੌਰ ਦਾ ਕਹਿਣਾ ਤੁਸੀਂ ਐ ਕਰੋ ਜਿਹੜੇ ਫੋਨ ਹੈ ਮੇਰੇ ਕੋਲ ਦੋ ਨੰਬਰ ਹੈ ਮੇਰੇ ਫੋਨ 2010 11 12 ਤੋਂ 12 ਤੋਂ ਲਲੋ ਜਦੋਂ ਦੀ ਮੇਰੇ ਰਿਲੇਸ਼ਨ ਚਾਹੀਏ 12 ਤੋਂ ਮੇਰੀ ਡਿਟੇਲ ਕਢਾਓ ਹੁਣ ਤੱਕ ਦੀ ਮੇਰੇ ਕਿੰਨੇ ਨਾਲ ਰਿਲੇਸ਼ਨ ਆ ਤੇ 12 ਤੋਂ ਇਹਦੀ ਕਢਾ ਲਓ ਇਹ ਮੇਰ ਨਾਲ ਵੀ ਰੱਖੀ ਗਈ ਰਿਲੇਸ਼ਨ ਤੇ 2016 ਚ ਆਣ ਕੇ ਨੇ ਦਿਲਪਰੀਤ ਨਾਲ ਫੈਸਲਾ ਕੀਤਾ 12 ਚ ਮੇਰ ਨਾਲ ਰਿਲੇਸ਼ਨ ਚਾਈ ਦੋਵੇਂ ਬੰਨੇ ਚੱਲੀ ਗਈ ਮੈਨੂੰ ਪਤਾ ਨਹੀਂ ਲੱਗਾ ਦੋਵੇਂ ਬੰਨੇ ਚੱਲਣ ਤੋਂ ਬਾਅਦ 2016 14 ਨਾਲ ਫੈਸਲਾ ਕਰ ਲਈਏ ਅੱਜ ਵੀ ਕਢਾ ਲਓ ਜੱਗ ਜਾਰ ਆਪਾਂ ਜਨਤਕ ਕਰ ਦਾਂਗੇ ਜੇ ਮੈਂ ਗਲਤ ਹੋਊਗਾ ਤੇ ਮੈਨੂੰ ਜੋ ਪਬਲਿਕ ਸਜਾ ਲਾਉ ਕਿ ਮੈਂ ਪਖਤੂਨ ਯਾਰ ਇਹਦੀ ਵੀ ਇਹਨੂੰ ਕੋਈ ਇੱਕ ਐਪਲੀਕੇਸ਼ਨ ਦਵੇ ਇਹਦੀ ਆਪਾਂ ਡਿਟੇਲ ਕਢਾਉਣੇ ਆ ਫੋਨਾਂ ਦੀ ਸਾਰਿਆਂ ਦੀ ਕਿਸੇ ਆਪਣੀ ਡਿਟੇਲ ਕਢਾਉਣ ਨੂੰ ਤਿਆਰ ਹਾਂ ਤਿਆਰ ਹਾਂ ਮੈਂ ਕਢਾਉਣ ਨੂੰ ਤਿਆਰ ਹਾਂ ਮੇਰੀ ਤੇ ਪਬਲਿਕ ਤੋਂ ਬਿਨਾ ਜੇ ਇਤੋਂ ਬਿਨਾ ਹੋਰ ਕਿਸੇ ਨਾਲ ਗੱਲ ਹੋਈ ਹੋਗੀ ਤੇ ਮੈਂ ਗੁਨਾਹ ਕਰਿਆ ਤੇ ਇਹਦੀ ਵੀ ਡਿਟੇਲ ਕਢਵਾਵੇ ਇਹਨੂੰ ਕੋਈ ਡਿਟੇਲ ਕਢਾ ਆਪ ਹੀ ਪਤਾ ਲੱਗ ਜਾ ਸੱਚਾ ਕੌਣ ਝੂਠਾ ਕੌਣ ਆ ਪੰਥ ਚ ਛੇਕਣ ਵਾਲੀ ਗੱਲ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਸਿੱਖੀ ਸਿਧਾਂਤਾਂ ਨੂੰ ਤੁਸੀਂ ਵੀ ਮੰਨਦੇ ਹੋ ਤੁਸੀਂ ਵੀ ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਆਪਸੀ ਪਰਿਵਾਰ ਦੇ ਨਾਲ ਤੁਸੀਂ ਸੰਬੰਧ ਹੋ ਤੁਸੀਂ ਪਗ ਬੰਨੀ ਹੋਈ ਹੈ ਪੰਥ ਨੂੰ ਇਹ ਕਹਿਣਾ ਪੰਥ ਚ ਛੇਕਣ ਨੂੰ ਕਹਿਣਾ ਕਿ ਲਾਦਾ ਕੀ ਤੁਹਾਡੇ ਉੱਤੇ ਵਿਪਤਾ ਆ ਸਕਦੀ ਅਸਲ ਨਾਲ ਜਿਹੜਾ ਇਹ ਪਿੱਛੇ ਦਿਮਾਗ ਆ ਆਪਾਂ ਸਿਆਸਤ ਕਰਦੇ ਹਾਂ ਮੈਨੂੰ ਵੀ 25 30 ਸਾਲ ਹੋ ਗਏ ਇਸ ਸਿਆਸਤ ਚ ਪਏ ਨੂੰ ਜਦੋਂ ਤੁਹਾਡੇ ਲਬਜ ਤੁਹਾਡੇ ਤੁਸੀਂ ਪਛਾਨਣ ਲਾਪੇ ਨਾ ਵੀ ਤੁਹਾਡੇ ਜਿਹੜੇ ਲਫ਼ਜ਼ੋ ਕਿਹਦੇ ਲਫ਼ਜ਼ ਆ ਉਹ ਤੋਂ ਤੁਹਾਨੂੰ ਸਾਰੀ ਸਥਿਤੀ ਕਲੀਅਰ ਹੁੰਦੀ ਆ ਕਿਹਦੇ ਲਫ਼ਜ਼ ਲੱਗ ਰਹੇ ਨੇ ਇਹ ਲਫ਼ਜ਼ ਸਾਡੇ ਜਿਹੜਾ ਜਿਹਨੂੰ ਮੈਂ ਹਰਾਇਆ ਉਹਦੇ ਲਫ਼ਜ਼ ਆਏ ਕਾਲ ਤਖਤ ਨੂੰ ਜਾਣਾਂ ਦਾ ਤਾਂ ਦਿਮਾਗ ਹੀ ਨਹੀਂ ਅੰਨਾਗਾ ਅਕਾਲੀਆਂ ਨੂੰ ਕਿ ਕਾਂਗਰਸੀਆਂ ਨੂੰ ਨਾ ਨਾ ਕਾਲੀ ਦਲ ਦਾ ਮੈਂ ਸਾਰੇ ਦਾ ਦੋਸ਼ ਨਹੀਂ ਦਿੰਦਾ ਇਸ ਦੇ ਪਿੱਛੇ ਸਿੱਧਾ ਹੀ ਮੈਂ ਨਾਲ ਲੈਣਾ ਚੰਦੂ ਮਾਇਰਾ ਪਰਿਵਾਰ ਆ ਕਾਲ ਤਖਤ ਨੂੰ ਤੋੜਨ ਵਾਲਾ ਕਾਲ ਤਖਤ ਦੇ ਆਲਣੂ ਨੂੰ ਭੇਜਣ ਵਾਲਾ ਹੋਰ ਕੋਈ ਸ਼ਖਸ ਹੀ ਨਹੀਂ ਹੋ ਸਕਦਾ ਇੱਕੋ ਹੀ ਬੰਦਾ ਹਣ ਦੂਸਰਾ ਆ ਗਿਆ ਪਹਿਲੋ ਵੱਡਾ ਸੀ ਇੱਥੇ ਹੁਣ ਛੋਟਾ ਆ ਗਿਆ ਹੁਣ ਮੈਨੂੰ ਮੈਂ ਨਹੀਂ ਚਾਹੁੰਦਾ ਵੀ ਮੈਂ ਉਹਦੇ ਉਹਦੇ ਪਰਿਵਾਰ ਚ ਖਲਾਰਾ ਪਾਵਾਂ ਜੋ ਮੇਰੇ ਕੋਲ ਉਹਦੇ ਪ੍ਰੂਫ ਹੈ ਉਹਦੇ ਛੋਟੇ ਮੁੰਡੇ ਇਹਦੇ ਵੱਡੇ ਮੁੰਡੇ ਦੇ ਜਿਹੜਾ ਐਮਐਲਆ ਰਿਆ ਜੋ ਮੇਰੇ ਕੋਲ ਉਹਦਾ ਜਿਸ ਦਿਨ ਉਹਦੇ ਸੰਬੰਧ ਸੀ ਵੀ ਮੈਂ ਜਨਤਕ ਕਰਾਂ ਤੇ ਬਈ ਉਹਦਾ ਕਰਮ ਹੈ ਪਾੜਾਂ ਕਿ ਇਹ ਪਿੰਡ ਚ ਕਲਚਰ ਹੀ ਹੈ ਇਹ ਦੋ ਦੋ ਵਿਆਹ ਇਹ ਜਿਹੇ ਰਿਲੇਸ਼ਨ ਤੁਹਾਡੇ ਪਿੰਡ ਦੇ ਕੀ ਇਹ ਤਸਵੀਰ ਹੈਗੀ ਹੈ ਜੀ ਸਾਡੇ ਪਿੰਡ ਦੇ ਨਹੀਂ ਜੀ ਫਿਰ ਪੰਜਾਬ ਦੇ ਤੁਹਾਡਾ ਕਿਹੜਾ ਪਿੰਡ ਪੈਂਦਾ ਮੇਰਾ ਪਟਿਆਲਾ ਖਾਸ ਤੋਂ ਬਲਾਉਂ ਹਸ ਪਟਿਆਲਾ ਨਾ ਤੋ ਆਪਦੇ ਕਲੋਨੀ ਜਾ ਕੇ ਵੇਖੀ ਉੱਥੇ ਵੀ ਕਿੰਨੇ ਤੁਹਾਨੂੰ ਲੱਭ ਜਾਣਗੇ ਦੋ ਵਿਆਹ ਵਾਲੇ ਮੇਰੇ ਤਾਂ ਹਾਲਾਂਕਿ ਮੂਰੇ ਕੈਪਟਨ ਅਮਰਿੰਦਰ ਸਿੰਘ ਦਾ ਘਰ ਪੈਂਦਾ ਉਹਨਾਂ ਉਹਨਾਂ ਦੇ ਜ਼ਰੂਰ ਮੈਂ ਸੁਣੇ ਉਹਦੇ ਤਿੰਨ ਆ ਇੱਕ ਪਹਿਲੋਂ ਇਧਰ ਬੀਬੀ ਕੋਣੀ ਚੈਲ ਸੀਪ ਚੈਲ ਤੋਂ ਉਧਰ ਚੈਲ ਫਾਰਮ ਬਣਾਇਆ ਸੀ ਉਦੋਂ ਬਾਅਦ ਬੀਬੀ ਰੂਸਾ ਮੈਂ ਤਾਂ ਵਿਆਹ ਕਰਾਇਆ ਉਹਨਾਂ ਨੇ ਤਾਂ ਵੈਸੇ ਵੀ ਰੱਖੀਆਂ ਸੀ ਠੀਕ ਹੈ ਕਿ ਨਹੀਂ ਇਸ ਤਰ੍ਹਾਂ ਹੀ ਇੱਕ ਇੱਕ ਬੰਦੇ ਨੇ ਦੋ ਦੋ ਭੈਣਾ ਸਕੀਆਂ ਦਾ ਵਿਆਹ ਕਰਾਏ ਆ ਉਹਦੀਆਂ ਵੀ ਧਾਰਨਾ ਸਾਡੇ ਪਿੰਡ ਚ ਵੀ ਇਹੋ ਜਿਹੇ ਕੇਸ ਐ ਨੇ ਸਾਡੇ ਪਿੰਡ ਚ ਵੀ ਤਿੰਨ ਵਿਆਹ ਹੈਗੇ ਆ ਤਿੰਨ ਬੰਦਿਆਂ ਦੇ ਵਿਆਹ ਆ ਦੋ ਦੋ ਯਾਰ ਪਰਿਵਾਰਕ ਸਹਿਮਤੀ ਨਾਲ ਬਹੁਤ ਕੁਝ ਹੁੰਦਾ ਪੰਜਾਬ ਚ ਚੰਗੀ ਗੱਲ ਤਾਂ ਨਹੀਂ ਐ ਐਮਐਲਏ ਸਾਹਿਬ ਇਹ ਕੋਈ ਇਹ ਕੋਈ ਚੰਗੀ ਚੰਗੀ ਕੋਈ ਦਿੱਕਤਾਂ ਨਹੀਂ ਹੈਗੀ ਚੰਗਾ ਕੋਈ ਲੈਸਨ ਤਾਂ ਨਹੀਂ ਐ ਸਮਾਜ ਨੂੰ ਇਹ ਨਹੀਂ ਨਹੀਂ ਚੰਗਾ ਲੈਸਨ ਨਹੀਂ ਪਰ ਜਿਹੜੀਆਂ ਲੇਡੀਜ਼ ਨੂੰ ਪਤਾ ਵੀ ਬੰਦਾ ਵਿਆਹਿਆ ਉਹਦਾ ਨਾਲ ਰਿਲੇਸ਼ਨ ਕਿਉਂ ਰੱਖਦੀਆਂ ਉਹ ਇਹ ਜਾਂ ਤਾਂ ਕਹਿੰਦਾ ਵੀ ਤਾੜੀ ਇੱਕਾਤ ਨਾ ਵੱਜਦੀ ਹੈ ਦੋਹਾਂ ਨਾ ਵੱਜਦੀ ਹੈ ਮਰਦ ਵੀ ਕਿਉਂ ਰੱਖਦਾ ਹੈ ਜੇ ਲੇਡੀਜ਼ ਦੇ ਸਵਾਲ ਖੜੇ ਕਰ ਰਹੇ ਹੋ ਮਰਦ ਵੀ ਕਿਉਂ ਰੱਖਦਾ ਹੈ ਮੇਰੀ ਵਾਈਫ ਬਿਮਾਰ ਸੀ ਚਲੋ ਮੈਂ ਇਹਨਾਂ ਰੱਖ ਲਈ ਮੇਰੀ ਗਲਤੀ ਆ ਉਹਦੀ ਮੈਂ ਸਜ਼ਾ ਵੀ ਭੁਗਤ ਰਿਆਂ ਜਿਹੜੀ ਮੈਂ ਭੁਗਤ ਰਿਆਂ ਪਰ ਕਿਸੇ ਦਾ ਬੰਦੇ ਦਾ ਦੋ ਵਿਆਹ ਕਰਾਉ ਨੂੰ ਜੀ ਨਹੀਂ ਕਰਦਾ ਜੇ ਕਿਸੇ ਦਾ ਕਿਸੇ ਪ੍ਰੋਬਲਮ ਕਰਕੇ ਜਾਂ ਕਿਸੇ ਕਰਾਏ ਆ ਪਰ ਲੋਕ ਰਹਿੰਦੇ ਵੀ ਆ ਧਰਮਿੰਦਰ ਦੇ ਦੋ ਵਿਆਹ ਆ ਇੱਕ ਜਾਨੀ ਦੁਲਣਾ ਦੀ ਮਾਤਾ ਤੇ ਕੋ ਦੂਜੀ ਕੁੜੀ ਧਰਮ ਚੇਂਜ ਕੀਤਾ ਸੀ ਨਾ ਉਹ ਮੁਸਲਿਮ ਚ ਕਨਵਰਟ ਹੋਇਆ ਸੀ ਉਸ ਤੋਂ ਬਾਅਦ ਵਿਆਹ ਹੋ ਗਿਆ ਨਾ ਅੱਜ ਵੀ ਧਰਮਿੰਦਰ ਸਿੰਘ ਦੇ ਨਾਂ ਤੇ ਉਹਦੀਆਂ ਆਈਡੀਆਂ ਸਾਰਾ ਕੁਝ ਧਰਮਿੰਦਰ ਦੇ ਨਾਂ ਤੇ ਚੱਲਦਾ ਬਹੁਤ ਉਦਾਹਰਣਾਂ ਇਹੋ ਜੀਆਂ ਆਪਣੇ ਜਥੇਦਾਰ ਸਾਹਿਬ ਇੱਕ ਪਟਨਾ ਸਾਹਿਬ ਵਾਲੇ ਨੇ ਵੀ ਦੋ ਕਰਾਏ ਸੀ ਇਤਨਾ ਬਹੁਤ ਕੁਛ ਦਾ ਤੁਸੀਂ ਇੰਪ੍ਰੈਸ ਹੋਏ ਹੋ ਇਹਨਾਂ ਚੀਜ਼ਾਂ ਤੋਂ ਤੁਸੀਂ ਇੰਪ੍ਰੈਸ ਹੋਏ ਹੋ ਮੈਂ ਤੁਹਾਨੂੰ ਇੱਕ ਤੁਹਾਨੂੰ ਨਾ ਆਧਾਰਨ ਦਿੰਦੀ ਆ ਦੇ ਸਿੱਖ ਧਰਮ ਚ ਇਹ ਨਹੀਂ ਵੀ ਕਿਸੇ ਮੈਂ ਇਕੱਲੇ ਨਹੀਂ ਚੰਗੇ ਬੰਦੇ ਨਹੀਂ ਵੀ ਦੇ ਸਕਦੇ ਹਾਂ ਇਹ ਇਸ ਦੇ ਉੱਤੇ ਤੁਸੀਂ ਟਰੋਲ ਵੀ ਬਹੁਤ ਹੁੰਦੇ ਹੋ ਆਮ ਆਦੀ ਪਾਰਟੀ ਨੂੰ ਇਸ ਨੂੰ ਟਰੋਲ ਵੀ ਕੀਤਾ ਜਾਂਦਾ ਕਹਿੰਦੇ ਬਦਲਾਵ ਦੀ ਗੱਲ ਕਰਦੇ ਸੀ ਕਹਿੰਦੇ ਦੋ ਵਿਆਹਾਂ ਦਾ ਬਦਲਾਵ ਕਿਹੜਾ ਆ ਗਿਆ ਨਹੀਂ ਹੁਣ ਬਾਜਵਾ ਸਾਹਿਬ ਦੇ ਡੈਡੀ ਦੇ ਦੋ ਵਿਆਹ ਹੋਏ ਆ ਉਹ ਕਿਵੇਂ ਕਹਿ ਸਕਦਾ ਵੀ ਬਦਲਾਵ ਆ ਰਾਜੇ ਵੜੈਂਗ ਦੇ ਫਾਦਰ ਦੇ ਤਿੰਨ ਵਿਆਹ ਹੋਏ ਆ ਉਹ ਕਿਹੜੇ ਮੂੰਹ ਨਾਲ ਕਹਿੰਦੇ ਵੀ ਇਹ ਬਦਲਾਵ ਤਿੰਨ ਤਿੰਨ ਵਿਆਹਾਂ ਵਾਲਾ ਬਈ ਇਹ ਪਠਾਨ ਮਾਇਰਾਂ ਨੇ ਫਲਾਣਾ ਨਹੀਂ ਜਿਹੜਾ ਬੰਦਾ ਆਪਣੀ ਪੀੜ੍ਹੀ ਥਲੇ ਸੋਟਾ ਮਾਰ ਰਿਹਾ ਸਾਡੇ ਘਰੇ ਕੀ ਆ ਫਿਰ ਦੂਜੇ ਤੇ ਗੱਲ ਕਰੇ ਮੈਂ ਅੱਗੇ ਇੱਕ ਗੱਲ ਸੁਣਾ ਕੇ ਟਿਆਂ ਵੇ ਲੋ ਕਬੀਰ ਜੀ ਨੂੰ ਕਿਸੇ ਵੇਸਵਾ ਨੇ ਕਿਹਾ ਸੀ ਵੀ ਤੇਰੀ ਦਾੜੀ ਤੋਂ ਮੇਰੇ ਕੁੱਤੇ ਦੀ ਪੂਛ ਚੰਗੀ ਤੋਨ ਹੱਥ ਜੋੜ ਤੇ ਵੀ ਠੀਕ ਆ ਜਦੋਂ ਖੀਰਲੇ ਸਾਵਾ ਤੇ ਆਏ ਉਹਨਾਂ ਨੂੰ ਸੱਦਿਆ ਉਹਨਾਂ ਖਾ ਵੀ ਤੇਰੇ ਕੁੱਤੇ ਦੀ ਪੂਛ ਨਾਲ ਮੇਰੀ ਦਾੜੀ ਚੰਗੀ ਆ ਉਹਨਾਂ ਖਾ ਵੀ ਤੋ ਕਿਉਂ ਨਹੀਂ ਤੋ ਕਿਹਾ ਉਹਨਾਂ ਖਾ ਮੇਰੀ ਜ਼ਿੰਦਗੀ ਦੇ ਕੋ ਸਾਹ ਬਚਦੇ ਸੀ ਮੇਤੋਂ ਗਲਤੀ ਹੋ ਸਕਦੀ ਸੀ ਵੀ ਮੈਂ ਕਿਤੇ ਗਲਤੀ ਕਰਦਾ ਤੇ ਮੈਂ ਤੈਨੂੰ ਜਵਾਬ ਦੇਣ ਤੱਕ ਨਹੀਂ ਇਹ ਜਿਹੜੇ ਰਾਜੇ ਵੜੇ ਗੁਣੀ ਅਜੇ ਤੇ ਬਹੁਤ ਘਾਟੋਂ ਮਰਦਾ ਮੇਰ ਨਾਲ ਵੀ ਛੋਟਾ ਆ ਮੈਂ ਪੁੱਛੂੰਗਾ ਵੀ ਜਦੋਂ ਇਤੋਂ ਕੋਈ ਗਲਤੀ ਹੋ ਗਈ ਬਿਜਾਉ ਕਹੇ ਤੇ ਉਂਗਲਾ ਚੁੱਕਦਾ ਦਾ ਆੜੀ ਉਂਗਲਾ ਮੇਰੇ ਵੱਲ ਵੀ ਆਈਆਂ ਕਿਸੇ ਵੱਲ ਜੋ ਚੁੱਕਦਾ ਨਾ ਗਲਤੀ ਇਨਸਾਨ ਤੋਂ ਹਰਕਤ ਹੁੰਦੀ ਮੇਰੇ ਤੋਂ ਵੀ ਹੋਈ ਆ ਬਾਜਵਾ ਸਾਹਿਬ ਜਿਹੜੇ ਗੱਲਾਂ ਕਰਦੇ 2003 ਚ ਤੁਹਾਨੂੰ ਪਤਾ ਨਾ ਗੁਜਰਾ ਸਕੈਂਡਲ ਹੋਇਆ ਸੀ ਉਹਦੇ ਚ ਨਾ ਆਇਆ ਸੀ ਕਿਹੜਾ ਦੁੱਧ ਤੋਤਾ ਆ ਮੈਨੂੰ ਕਹਣਾ ਕੋਈ ਫਲਾਣਾ ਦੁੱਧ ਤੋਤਾ ਹੀ ਲੀਡਰ ਆ ਜਿਹੜਾ ਫਸ ਗਿਆ ਉਹ ਚੋਰ ਦੂਜੇ ਸਾਧ ਗੱਲਾਂ ਆਇਆ ਹੋਰ ਯਾਨੀ ਲੀਡਰ ਸਾਰੇ ਹੀ ਇਹੋ ਜਿਹੇ ਨੇ ਯਾਰ ਸਾਰੇ ਪੰਜਾਬ ਚ ਤੈਨੂੰ ਨਾ ਲੱਖ ਵਿਆਹ ਹੋਇਆ ਤੇ ਬੰਦੇ ਹੀ ਜਾਓ ਤੁਹਾਡੇ ਸੀਐਮ ਤੁਸੀਂ ਫਿਰ ਸੀਐਮ ਨੂੰ ਵੀ ਆਪਣੀ ਏਸੀ ਕੈਟਾਗਰੀ ਚ ਦੇ ਦੋ ਯਾਰ ਜਦੋਂ ਲੱਖ ਚ ਸਾਰੇ ਆਉਂਦੇ ਆ ਟੋਟਲ ਸਾਰਾ ਪੰਜਾਬ ਦਾ ਜਿਹੜਾ ਹੁਣ ਸੀਐਮ ਸਾਹਿਬ ਨੇ ਵੀ ਮਜਬੂਰੀ ਨੂੰ ਕਰਾਇਆ ਪਹਿਲੀ ਪਤਨੀ ਦਾ ਡਿਵੋਰਸ ਹੋਇਆ ਉਹਨਾਂ ਨੇ ਵਿਆਹ ਕਰਵਾਇਆ ਮੈਂ ਮੇਰੀ ਵਾਈਫ ਮਾਰ ਰਹੀ ਦੀ ਮੈਂ ਤਾਂ ਕਰਾ ਲਿਆ ਕਿਸੇ ਨੂੰ ਕੋਈ ਨਾ ਕੋਈ ਪਰਿਵਾਰਕ ਕੁਛ ਵੀ ਲੱਖਚ ਸਾਰੇ ਤਾਂ ਨਹੀਂ ਆਪਾਂ ਗਿਣ ਸਕਦੇ ਪਿੱਛੇ ਬਾਈ ਜੀ ਹੁਣੀ ਬੈਠੇ ਨੇ ਇਹਨਾਂ ਦਾ ਦੂਜਾ ਵਿਆਹ ਨਹੀਂ ਹੋਊਗਾ ਮੈਂ ਮੈਂ ਆਪਣੀ ਗੱਲ ਕਰਾ ਮੇਰਾ ਨਹੀਂ ਹੋਊਗਾ ਇੱਧਰ ਬਾਈ ਜੀ ਬੈਠੇ ਹੋਣਗੇ ਇਹਨਾਂ ਦਾ ਵਿਆਹ ਨਹੀਂ ਅਜਿਹੇ ਤੁਸੀਂ ਸਾਰੇ ਨੂੰ ਲੱਖਚ ਤਾਂ ਨਹੀਂ ਕੈਟਾਗਰੀ ਨਹੀਂ ਨਹੀਂ ਯਾਰ ਲੱਖ ਬੰਦਾ ਕਿੰਨੇ ਕਿੰਨੇ ਲੱਖ ਦੀ ਰੇਸ਼ਿਓ ਆਪਣੇ ਕਿੰਨੇ ਕਰੋੜ ਦੀ ਆ ਤੇ ਕਰੋੜ ਦੀ ਬਾਦੀ ਹੈ ਪੰਜਾਬ 1 ਕਰੋੜ ਦੀ ਹੈ ਨਾ ਤੇ ਲੱਖ ਉਹਦੇ ਚ ਕਿੰਨਾ ਬਣਦਾ 1% 1% ਵੀ ਨਹੀਂ ਬਣਦਾ ਉਹਦੇ ਚ ਸਾਰੇ ਆਉਂਦੇ ਹਨਾ ਕਿਹੜੇ ਕਿਹੜੇ ਤੁਸੀਂ ਕੈਟਾਗਰੀ ਕਿਵੇਂ ਕਰ ਰਹੇ ਹੋ ਸਾਰਿਆਂ ਦੀ ਤੂੰ ਹਣ ਮੇਰੇ ਨਾਲ ਜੇਦ ਨਾ ਪੁੱਤ ਪੈ ਨਹੀਂ ਤੇਰਾ ਵੀ ਕਰਨੋ ਕੱਲ ਨੂੰ ਵਿਆਹ ਜੇ ਦੂਜਾ ਕੋਈ ਜਿੰਦਗੀ ਮੇਰੇ ਮੇਰੇ ਦਾ ਤੁਸੀਂ ਨਾ ਐਵੇਂ ਕਰੋ ਇਹੋ ਜੀਆਂ ਦੁਆਵਾ ਇਹ ਜਿਹੇ ਬਦ ਦੁਆਵਾ ਨਹੀਂ ਦੋ ਇਹ ਵੀ ਇਸ ਤਰ੍ਹਾਂ ਦੀ ਬੱਦਫੂ ਲੱਗੀ ਆ ਫਿਰ ਇਹ ਇਹ ਕੋਈ ਪਤਾ ਨਹੀਂ ਕਿਨੂੰ ਕਦੋਂ ਕਿਸੇ ਦਾ ਕੀ ਹੋ ਜਾਣਾ ਅਜੇ ਛੋਟੀ ਉਮਰ ਆ ਕਿਸੇ ਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਨਾ ਕੈਫੀਕੇਸ਼ਨ ਅਲੀਗੇਸ਼ਨ ਨਹੀਂ ਅਲੀਗੇਸ਼ਨ ਨਹੀਂ ਪਠਾਨ ਮਾਇਰਾ ਸਾਹਿਬ ਤੁਹਾਡੇ ਤਰਕ ਤੁਹਾਡੇ ਤਰਕਾਂ ਨੂੰ ਦੇਖ ਕੇ ਲੋਕ ਸਵਾਲ ਖੜੇ ਕਰਦੇ ਨੇ ਕਹਿੰਦੇ ਕਿ ਐਮਐਲਏ ਸਾਹਿਬ ਇੱਕ ਕਿਵੇਂ ਦੀ ਬਿਆਨਬਾਜ਼ੀਆਂ ਦੇ ਦਿੰਦੇ ਨੇ ਕਹਿੰਦੇ ਕੋਈ ਸ਼ਰਮ ਹੀ ਨਹੀਂ ਹੈਗੀ ਯਾਰ ਜਿਹੜਾ ਆਂਦਾ ਨਾ ਉਹਨੂੰ ਕਹਿ ਤੂੰ ਆਪਣਾ ਔਰਾਜ ਝਾਕ ਵੀ ਤੇਰੇ ਔਰੇ 'ਚ ਕੀ ਕੀ ਆ ਫਿਰ ਮੇਰੇ ਨਾਲ ਗੱਲ ਕਰੇ ਮੈਂ ਸਾਰੇ ਸਮਾਜ ਨਾਲੋਂ ਚੰਗਾ ਮੇਰੀ ਕਿਸੇ ਨਾਲ ਕੋਈ ਵੀਡੀਓ ਨਹੀਂ ਆਈ ਮੇਰੀ ਵੀਡੀਓ ਆਈ ਆ ਤੇ ਮੇਰੀ ਆਪਣੀ ਪਤਨੀ ਨਹੀਂ ਉਹ ਬਣਾ ਕੇ ਇੱਕ ਵੀਡੀਓ ਕਾਲਿੰਗ ਤੁਸੀਂ ਆਪਣੇ ਘਰ ਕਰਦੇ ਹੋਗੇ ਤਈਆ ਕਿ ਨਹੀਂ ਹੁਣ ਜੇ ਉਹ ਵੀਡੀਓ ਬਣਾ ਕੇ ਕੋ ਪਾ ਦੇ ਚਕੇ ਦਾ ਕੀ ਦੋਸ਼ ਆ ਇਹ ਮੈਂ ਕੱਲੇ ਮੈਂ ਨਹੀਂ ਵਿਆਹ ਕਰਾਇਆ ਜੇ ਮੈਨੂੰ ਜਥੇਦਾਰ ਸਭ ਸੱਦਣਗੇ ਕਿ ਮੈਂ ਉਹਨਾਂ ਨੂੰ ਜਵਾਬ ਦਊਂਗਾ ਜੋ ਮਰਨਾ ਹੋਊਗਾ ਮੈਂ ਫਿਰ ਉੱਥੇ ਬੇਨਤੀ ਕਰੂੰਗਾ ਵੀ ਜੋ ਮਰਨਾ ਕੀਤਾ ਜਿਹੜੇ ਜਿਹੜਿਆਂ ਦਾ ਡਬਲ ਵਿਆਹ ਹੋਏ ਆ ਲੱਖ ਬੰਦੇ ਦਾ ਤਾਂ ਪੰਜਾਬ 'ਚ ਹੀ ਹੋਇਆ ਤੇ ਅੰਕੜਾ ਤੁਹਾਡੇ ਕੋਲ ਕਿਵੇਂ ਆ ਵੈਸੇ ਲੱਖ ਲੱਖ ਦਾ ਅੰਕੜਾ ਕਿਵੇਂ ਆ ਤੁਹਾਡੇ ਕੋਲ ਤੁਸੀਂ ਅੰਕੜਾ ਵਿਭਾਗ ਕੋਲ ਚਲ ਜਿਓ ਤੁਹਾਨੂੰ ਸਾਰਾ ਦੱਸ ਦੇਣਗੇ ਕਿ ਕਿੰਨੇ ਵਿਆਹ ਕਿਦੇ ਹੋਏ ਆ ਤੁਸੀਂ ਕਢਵਾਇਆ ਇਹ ਵਿਭਾਗ ਤੋਂ ਕੋਈ ਮੈਂ ਤੇ ਕੱਲੇ ਕੱਲੇ ਦੀ ਹਿਸਟਰੀ ਕਢਾਈ ਬੈਠਾ ਸਾਰੇ ਲੀਡਰਾਂ ਦੀ ਵੀ ਕਿਹੜਾ ਕਿਹੜਾ ਲੀਡਰ ਕੀ ਕੀ ਬੋਲਦਾ ਮੇਰੇ ਕੋਲ ਸਾਰਾ ਦਾ ਸਾਰਾ ਕੁਝ ਹੈਗਾ ਦੱਸ ਤੂੰ ਕਿਹਦਾ ਕਿਹਦਾ ਬਾ ਡਾਡਾ ਤੁਸੀਂ ਕੱਢਿਆ ਹੋਇਆ ਮੈਂ ਐਵੇਂ ਸੁੱਤੀ ਪਈ ਕਲਾ ਛੇੜ ਲਾਂ ਕਿਉਂ ਜਿਹੜਾ ਜਿਹੜਾ ਛੇੜਦੇ ਆ ਨਾ ਤੁਹਾਨੂੰ ਤਾਂ ਬਾਰ ਬਾਰ ਛੇੜਦੇ ਨੇ ਕਹਿੰਦੇ ਕਿ ਆ ਮਾਜਰਾ ਇੱਕ ਕਹਿੰਦੇ ਪਠਾਨ ਮਾਜਰਾ ਇੱਕ ਗੱਜਣ ਮਾਜਰਾ ਇੱਕ ਜੋੜਾ ਮਾਜਰਾ ਕਹਿੰਦੇ ਜੋੜੇ ਆ ਮਾਜਰਿਆ ਨਹੀਂ ਕਹਿੰਦੇ ਸਾਰਾ ਵਕਤ ਪਾਇਆ ਹੋਇਆ ਆਮ ਆਦੀ ਪਾਰਟੀ ਗੱਲ ਆ ਜਿਹੜੇ ਜਿਹੜੇ ਨੇ ਮੈਨੂੰ ਛੇੜਿਆ ਤਾਂ ਮੈਂ ਦੋ ਫਿਰ ਮੈਂ ਉਹਦਾ ਵੀ ਨਾਮ ਲਾਉਂਗਾ ਮੇਰਾ ਕੋਈ ਹਿਸਟਰੀ ਸਾਰਿਆਂ ਦੀ ਹੈਗੀ ਆਪੋਜੀਸ਼ਨ ਸਾਰੀ ਬੋਲਦੀ ਹੈ ਨਾ 18 ਕ ਬਧਾਇਕ ਹੈਗੇ ਨੇ 18 ਕੋਈ ਬੰਦੇ ਬੋਲੇ ਅੱਜ ਤੱਕ ਪਰ ਉਹ ਨਹੀਂ ਵੀ ਖੈਰਾ ਵੀ ਕਹਿੰਦੇ ਨੇ ਖੈਰਾ ਇਹਨੂੰ ਆਪਣਾ ਪਹਿਲੇ ਪਿਸ਼ੋਕੜ ਪੁੱਛੋ ਵੀ ਤੇਰਾ ਪਿਸ਼ੋਕੜ ਕੀ ਤੇ ਮੇਰਾ ਕੀ ਆ ਆ ਮੇਰਾ ਫੋਨ ਫੜਾ ਬਣਾ ਮੈਨੂੰ ਉਹ ਦਿਨਾਂ ਦਾ ਹੀ ਨਾ ਇਹਦੀ ਔਕਾਤ ਨਹੀਂ ਲੱਖ ਰੁਪਏ ਵਿਕਣ ਦੀ ਜਿੱਦਣੇ ਇਹ ਜਿੱਦਣ ਅ ਡੋਰ ਟੂ ਡੋਰ ਹੋ ਗਿਆ ਸੀ ਆਮ ਆਦਮੀ ਪਾਰਟੀ ਦਾ ਨੂੰ ਕੱਢਦਾ ਸੀ ਉਹਦਣੇ ਉਹਦਣ ਪਠਾਨ ਮੇਰੇ ਕੀ ਕਰਨ ਗਿਆ ਜਿਹਦੀ ਔਕਾਤ ਨਹੀਂ ਹੈਗੀ ਉਦੋਂ ਪਠਾਨ ਮੈਰੇ ਕੀ ਕਰਨ ਗਿਆ ਸੀ ਇਹ ਬੇ ਹਰਮੀਤ ਸਿੰਘ ਮੇਰੇ ਆਲਾ ਦੂਜਾ ਬੇ ਮੇਰੀ ਜੜ ਬਾਨਾ ਮੇਰੀ ਾਕਾਤ ਤੁਹਾਨੂੰ ਦਿਖਾਉਣਾ ਮੇਰੇ ਪਰਿਵਾਰ ਦੀ ਆ ਆ ਬ੍ਰਿਟਿਸ਼ ਪਾਸਪੋਰਟ ਠੀਕ ਆ ਇਹ ਆ ਮੇਰੇ ਪੜਦਾਦੇ ਸਰਦਾਰ ਹਰੀ ਸਿੰਘ ਦਾ ਤੇ ਆਪ ਆ ਆ ਮੜਾ ਸਨ ਵੇਖ ਲਓ 5 3 1800 79 ਇਹ ਆ ਸਰਦਾਰ ਹਰੀ ਸਿੰਘ ਮੇਰੇ ਪੜਦਾਦਾ ਜੀ ਉਸ ਉਸ ਬੰਦੇ ਸੀ ਅਨਸਾਂ 1920 ਚ ਜਦੋਂ ਅਕਾਲੀ ਦਲ ਬਣਿਆ ਸੀ ਇਹ ਜਿਹੜਾ ਗੱਲਾਂ ਕਰਦਾ ਇਹਦੀ ਛੈਤ ਜਾਇਦਾਦ ਨਾ ਹੋਵੇ 1920 ਚ ਅਸੀਂ 10000 ਰੁਪਇਆ ਅਕਾਲੀ ਦਲ ਨੂੰ ਸਭ ਤੋਂ ਵੱਡੀ ਡੋਨੇਸ਼ਨ ਸਰਦਾਰ ਹਰੀ ਸਿੰਘ ਦੀ ਸੀ ਮੇਰੇ ਪੜਦਾਦੇ ਦੀ ਇਹਨੂੰ ਪਾਸਪੋਰਟ ਨੂੰ ਸਾਰਾ ਚੈੱਕ ਕਰ ਲਓ ਇਹਦੇ ਤੇ ਸਭ ਕੁਝ ਲਿਖਿਆ ਸੋਨੇ ਦਾ ਤੇ ਰੇਸ਼ਮ ਦਾ ਵਪਾਰੀ ਸੀ ਉਹ ਇਹ ਤੇ ਜਿਵੇਂ ਹੁਣੇ ਨੇ ਮੋਦੀ ਨੇ ਇੱਕ ਕਰੰਸੀ ਬਦਲੀ ਆ। ਉਹ ਕਰੰਸੀ ਬਦਲ ਗਈ ਸਾਡਾ ਸਾਰਾ ਕੁਝ ਖਤਮ ਹੋ ਗਿਆ। ਪਰ ਕਹਿੰਦੇ ਤੁਸੀਂ ਝੂਠ ਵੀ ਬੋਲਦੇ ਹੋ ਕਹਿੰਦੇ ਬਾਬੇ ਦੀਆਂ ਝੁੱਟੀਆਂ ਸੋਹਾਂ ਖਾਂਦੇ ਹੋ। ਕਹਿੰਦੇ ਬਾਬੇ ਦੀ ਝੁੱਟੀ ਸੋਹ ਖਾਦੀ ਤੁਸੀਂ ਕਿ 100 ਕਰੋੜ ਦੀ ਆਫਰ ਆਈ ਹੈ। ਹਾਂ ਮੈਂ ਹੁਣ ਵੀ ਆਨਾ ਆਈ ਆ। ਮੈਂ ਹੁਣ ਵੀ ਆਨਾ। ਪ੍ਰੂਫ ਦੋਗੇ ਤੁਸੀਂ ਜਨਤਕ ਕਰੋਗੇ ਵਿਜੀਲੈਂਸ ਦੇ ਕੋਲ ਜਾਓਗੇ ਪੰਜਾਬ ਪੁਲਿਸ ਨੂੰ ਦੋਗੇ? ਮੈਂ ਆਪਦੀ ਪਾਰਟੀ ਨੂੰ ਸਾਰਾ ਕੁਝ ਦੱਸਿਆ। ਬਈ ਇਹ ਸਭ ਤੋਂ ਪਹਿਲਾਂ ਦੱਸਿਆ ਹੀ ਮੈਂ ਸੀ। ਸਭ ਤੋਂ ਪਹਿਲਾਂ ਬਈ ਇਹ ਆਫਰ ਆਉਣ ਲਾਪੀਆਂ। ਇਹ ਸਭ ਤੋਂ ਪਹਿਲਾਂ ਦੱਸਿਆ ਹੀ ਮੈਂ ਸੀ। ਠੀਕ ਹੈ ਕਿ ਨਹੀਂ ਇਹ ਮੈਨੂੰ ਕਾਤ ਰੱਖਦਾ ਇਹਦੇ ਇਹਦੀ ਜਿੰਨੀ ਕਾਤ ਸੀ ਨਾ ਉਹਦੇ ਇਹਦੀ ਕਾਤ ਨੂੰ 10 ਗੁਣਾ ਜ਼ਿਆਦਾ ਵੀ ਅਸੀਂ ਜਾਇਦਾਦ ਲੈ ਸਕਦੇ ਹਾਂ ਜਦੋਂ ਅਸੀਂ ਡੋਨੇਸ਼ਨ ਦਿੱਤੀ ਸੀ ਠੀਕ ਹੈ ਕਿ ਨਹੀਂ 10000 ਦੀ 1920 ਚ ਸਰਚ ਮਾਰ ਕੇ ਵੇਖੋ ਵੀ ਜਾਇਦਾਦ ਕਿੰਨੀ ਆਉਂਦੀ ਤੇ ਜਿਹੜਾ ਬੰਦਾ 10000 ਡੋਨੇਸ਼ਨ ਦੇ ਰਿਹਾ ਉਹਦੀ ਆਪਦੀ ਕਾਤ ਕੀ ਸੀ ਉਹਦਾ ਪੁਰਪ ਉਹਦਾ ਪੜਪੁੱਤਰ ਆ ਮੈਂ ਪਰ ਮੈਨੂੰ ਤਾਂ ਲੱਗਦਾ ਨਹੀਂ ਕਿ ਜਿਸ ਤਿਕਣਾ ਅਲੀਗੇਸ਼ਨਸ ਲੱਗ ਗਏ ਜਿਸ ਤਿਕਣਾ ਵਿਵਾਦ ਤੁਹਾਡੇ ਨਾਂ ਦੇ ਨਾਲ ਜੁੜ ਗਿਆ ਲੋਕਾਂ ਦਾ ਜਾਣਾ ਉਹਨਾਂ ਨੂੰ ਫੇਸ ਕਰਨਾ ਕਿਤਨਾ ਕਿਤੇ ਪਰੇਸ਼ਾਨੀ ਕੋਈ ਆਉਂਦੀ ਹੈ ਸਟ्रेस ਤੁਹਾਡੇ ਦਿਮਾਗ ਦੇ ਉੱਤੇ ਰਹਿੰਦਾ ਯਾਰ ਗੱਲਿਆ ਮੇਰਾ ਹਲਕਾ ਮੇਰੇ ਨਾਲ ਆ ਮੇਰਾ ਪਰਿਵਾਰ ਮੇਰੇ ਨਾਲ ਆ ਮੇਰੇ ਯਾਰ ਦੋਸਤ ਮੇਰੇ ਨਾਲ ਆ ਉਹਨਾਂ ਸਭ ਅਸਲੀਅਤ ਦਾ ਪਤਾ ਅੱਧੇ ਸਾਧ ਪੌਣੇ ਤੁਰੇ ਫਿਰਦੇ ਆ ਨੰਗੇ ਮੇਰੀ ਕੋ ਕਿਸੇ ਨਾ ਵੀਡੀਓ ਤੇ ਨਹੀਂ ਨਾਈ ਮੈਂ ਵਿਆਹ ਬਾਰੇ ਮੁਲਕ ਨੇ ਕਰਾਇਆ ਜੇ ਤੇ ਮੈਂ ਇਕੱਲਾ ਗੁਨਾਹ ਕਰਿਆ ਤੇ ਫਿਰ ਤੇਨੂੰ ਗੱਲ ਨੋ ਕਰੋ ਕਿਹੜਾ ਬੰਦਾ ਜੋ ਮੇਰਨਾ ਹੋਇਆ ਕਿਹੜੇ ਨਾ ਨਹੀਂ ਹੋਇਆ ਪਰ ਤੁਸੀਂ ਇਹ ਕਿੱਡੀ ਕੀ ਗੱਲ ਹੈ ਯਾਰ ਪਰ ਤੁਸੀਂ ਉਹ ਇਹੋ ਜਿਹੇ ਬੰਦੇ ਦੀ ਐਗਜ਼ਾਮਪਲਾਂ ਕਿਉਂ ਦਿੰਦੇ ਹੋ ਕਿਉਂ ਤੁਸੀਂ ਨੌਜਵਾਨ ਨੂੰ ਜੇ ਤੁਸੀਂ ਵਿਆਹ ਨਹੀਂ ਕਰਾਇਆ ਤੁਹਾਡੀ ਐਗਜ਼ਾਮਪਲ ਦਿੱਤੀ ਹੈ ਜਿਹੜੇ ਬੰਦੇ ਨੇ ਦਿੱਤੀ ਹੁਣ ਜਾ ਤੇ ਬੰਦੇ ਸਾਰੇ ਮਾਰ ਦੋ ਲੱਖ ਦਾ ਲੱਖ ਐਗਜ਼ਾਮਪਲ ਦੇ ਦੋ ਕਮਿਟਿਡ ਬੰਦਿਆਂ ਦੀ ਜਿਹੜੇ ਬੰਦੇ ਕਮਿਟਿਡ ਰਹੇ ਹੋਣ ਜਿਹੜੇ ਇੱਕੋ ਹੀ ਇੱਕੋ ਹੀ ਵਿਆਹ ਦੇ ਵਿੱਚ ਰਹੇ ਹੋਣ ਤੁਸੀਂ ਨੌਜਵਾਨਾਂ ਨੂੰ ਕੀ ਐਮਐਲਏ ਸਾਹਿਬ ਤੁਸੀਂ ਦੇਖੋ ਹੁਣ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਮੈਂ ਐਮਐਲਏ ਬਾਅਦ ਚ ਬਣਾ ਐਮਐਲਏ ਤੁਸੀਂ ਵੀ ਬਣ ਸਕਦੇ ਹੋ ਤੁਸੀਂ ਅੱਜ ਕੈਮਰਾ ਫੜਿਆ ਤੜ ਤੋਂ ਕੱਲ ਨੂੰ ਗਲਤੀ ਹੋ ਜੇ ਫਿਰ ਮੈਂ ਪੁੱਛੂਗਾ ਤੈਨੂੰ ਗਲਤੀ ਨੂੰ ਕੋਈ ਭੁੱਲਾ ਬਖਸ਼ਾ ਵੀ ਸਕਦਾ ਨਾ ਤੁਸੀਂ ਤੁਸੀਂ ਅਜੇ ਵੀ ਉਸੇ ਚੀਜ਼ ਦੇ ਉੱਤੇ ਹੋ ਕਿ ਕਿ ਮੇਰੇ ਪਿੰਡ ਦੇ ਵਿੱਚ ਵੀ ਤਿੰਨ ਤਿੰਨ ਵਿਆਹ ਆਏ ਤੁਸੀਂ ਇਸ ਚੀਜ਼ ਨੂੰ ਇਦਾਂ ਲੱਗਦਾ ਕਿ ਸੈਲੀਬ੍ਰੇਟ ਸ ਦੋ ਜਦੋਂ ਕੋਈ ਤੁਸੀਂ ਮੇਰੇ ਤੇ ਲਿਕੇ ਚਲਾਉਂਗੇ ਹੁਣ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਕਹਾਂ ਉਹ ਤੁਸੀਂ ਪੱਤਰਕਾਰ ਸਵਾਲ ਕਰਦੇ ਹੋ ਤੁਸੀਂ ਕਹੋਗੇ ਦੂਜੇ ਵੀ ਪੱਤਰਕਾਰ ਕਰਦੇ ਕਹੋਗੇ ਕਿ ਨਹੀਂ ਕਹੋਗੇ ਤੇ ਜੇ ਮੈਂ ਕਹਿੰਦਾ ਤੇ ਕੀ ਗੱਲ ਜੇ ਮੈਂ ਕਹਿੰਦਾ ਵੀ ਲੋਕਾਂ ਦੇ ਵਿਆਹ ਮੈਂ ਕਿਉਂ ਝੂਠ ਬੋਲ ਤੁਸੀਂ ਇਹ ਜਵਾਬ ਦੇਵਾਂਗੇ ਕਿ ਪੱਤਰਕਾਰ ਹੀ ਸਾਡਾ ਫਰਜ਼ ਹੈ ਅਸੀਂ ਤਾਂ ਸਵਾਲ ਕਰਦੇ ਆ ਤੁਸੀਂ ਹੁਣ ਇਸੇ ਇਹ ਜਵਾਬ ਨਹੀਂ ਦੋਗੇ ਦੂਜਾ ਕੀ ਵਿਆਹ ਕਰਾਉਣਾ ਮੇਰਾ ਫਰਜ਼ ਹੈ ਯਾਰ ਜਿਹੜੇ ਬੰਦੇ ਨੂੰ ਵਿਆਹ ਦੀ ਲੋੜ ਹੈ ਨਾ ਉਹ ਕਰਵਾਉਂਦਾ ਉਹ ਚ ਕੋਈ ਪਰਿਵਾਰ ਸਹਿਮਤ ਹੈ ਨਾ ਕੋਈ ਅਜੇ ਇਸ ਤੋਂ ਬਾਅਦ ਕਿਹੜਾ ਹਟ ਜਾਣੇ ਆ ਇਸ ਤੋਂ ਬਾਅਦ ਵੀ ਹੋਣੇ ਆ ਲੋਕਾਂ ਦੇ ਜਿੰਨੂੰ ਵਿਆਦੀ ਦੁਬਾਰਾ ਉਹਨੇ ਕਰਾਉਣੇ ਕਰਾਉਣੇ ਆ ਮੇਰੇ ਨਾ ਕਹਿਣਾ ਲੋਕਾਂ ਨੇ ਹਟਣਾ ਨਹੀਂ ਮੇਰੇ ਕਹਿਣਾ ਲੋਕਾਂ ਨੇ ਕਰਾਉਣੇ ਨਹੀਂ ਨਹੀਂ ਗਲਤੀ ਹੋਈ ਆ ਤੁਹਾਡੇ ਤੋਂ ਗਲਤੀ ਹੋਈ ਤੇ ਗਲਤੀ ਨਹੀਂ ਤੇ ਮੈਂ ਸੱਜਾ ਬੋਕ ਤੰਨਾ ਤੂੰ ਹੀ ਮੇਰੇ ਨਾਲ ਸਵਾਲ ਪੁੱਟੇ ਸੀ ਤੇ ਤਾਂ ਹੀ ਕਰ ਰਹੇ ਹੋ ਨਹੀਂ ਤੇ ਮੈਂ ਚੂਕ ਕਰਨ ਦੇਣਾ ਕਿ ਇਹਨੂੰ ਜੇ ਮੈਂ ਗਲਤੀ ਹੋਈ ਆ ਤੇ ਤਾਂ ਹੀ ਤੁਸੀਂ ਮੇਰੇ ਕਹਿ ਲੈ ਕੇ ਕਰਕੇ ਗੱਲਾਂ ਕਰਦੇ ਹੋ ਨਹੀਂ ਤੇ ਇਹੋ ਜੀ ਨੂੰ ਮੈਂ ਕੀ ਸਮਝਣਾ ਜਿਹੜਾ ਮੇਰਾ ਜਲੂਸ ਕੱਢਣ ਲਈ ਆ ਆਪ ਤੇ ਮਾੜੀ ਹੈ ਕੀ ਆ ਕੀ ਨਾਲ ਮੈਨੂੰ ਕਰ ਰਹੀ ਆ ਆਪ ਤੇ ਜੋ ਦਾ ਆ ਕਿਵੇਂ ਗਏ ਕਰੀ ਤੁਸੀਂ ਇਸ ਬਾਰੇ ਜ਼ਿਕਰ ਨਹੀਂ ਕੀਤਾ ਕਿਵੇਂ ਚਾਰਵਰੀ ਇੰਟਰਵਿਊ ਤੋਂ ਮੇਰੀ ਲੈ ਲਈ ਆ ਵੀ ਮੇਰੇ ਤੋਂ ਸਭ ਤੋਂ ਵੱਡੀ ਗਲਤੀ ਹੋਈ ਆ ਮੇਰੇ ਟੱਚ ਚ ਆਈ ਮੈਂ ਉਹਦੀ ਸਜ਼ਾ ਆਪਦੀ ਘਰ ਦੀ ਦੀ ਜੋ ਬਦਵਾ ਦਾ ਮੈਨੂੰ ਸਜ਼ਾ ਮਿਲੀ ਆ ਮੇਰੇ ਪਰਿਵਾਰ ਦੀ ਬਦਵਾ ਮੈਨੂੰ ਮਿਲੀ ਉਹਦੀ ਮੈਂ ਸਜ਼ਾ ਭੁਗਤ ਰਿਆ ਇਸ ਜਨਾਨੀ ਨਾਲ ਮੇਰੇ ਰਿਲੇਸ਼ਨ ਬਣੇ ਇਸ ਜਨਾਨੀ ਦੇ ਜਿਹੜੇ ਰਿਲੇਸ਼ਨ ਹੈ ਉਹ ਮੈਂ ਅੱਜ ਕੋਟਾਂ 'ਚ ਤੁਰਿਆ ਫਿਰਦਾ ਮੈਨੂੰ ਕਹਾਂ ਥੱਕ ਦੇ ਜਥੇਦਾਰ ਕੋਈ ਨਹੀਂ ਐਪਲੀਕੇਸ਼ਨ ਪਾਤੀ ਜੇ ਮੈਨੂੰ ਬੁਲਾਇਆ ਨਹੀਂ ਮੈਨੂੰ মিডিਆ ਦੇ ਸਾਹਮਣੇ ਆਣ ਕੇ ਆਪਣਾ ਪੱਖ ਰੱਖਣਾ ਪੈਂਦਾ ਸਾਰਾ ਕੁਝ ਰੱਖਣਾ ਪੈਂਦਾ ਇਹ ਮੇਰੇ ਵੀ ਸਜਾ ਹੀ ਆ ਇੱਕ ਚੰਗੇ ਭਲੇ ਖਾਨਦਾਨੀ ਬੰਦੇ ਨੂੰ ਉਹਨੇ ਰੋਲ ਕੇ ਰੱਖਤਾ ਇਹ ਤੋਂ ਵੱਧ ਸਜਾ ਕੀ ਹੋ ਸਕਦੀ ਆ ਅਜੇ ਵੀ ਕਿਸੇ ਤਰੀਕੇ ਦਾ ਤੁਹਾਨੂੰ ਡਰਾਵਾ ਜਾਂ ਕੋਈ ਇਹੋ ਜਿਹਾ ਮੈਸੇਜ ਆ ਰਹੇ ਨੇ ਮੇਰੇ ਬੰਦਿਆਂ ਨੂੰ ਇਹ ਧਮਕੀਆਂ ਦਿੰਦੀ ਆ ਹਰ ਇੱਕ ਥਾਂ ਮੈਂ ਤੈਨੂੰ ਇਹ ਇੱਕ ਇਹ ਚੀਜ਼ ਵੇਖਿਓ ਵੀ ਜਿਹੜੀ ਕਾਲ ਤਖਤ ਦੇ ਜ਼ਥੇਦਾਰ ਸਾਹਿਬ ਕੋ ਕਹੀ ਆ ਉਹਦੀ ਲੈਂਗੁਏਜ ਕੀ ਆ ਡਰਾਵੇ ਕਿਹੋ ਜਿਹੀ ਦੇ ਰਹੀ ਲੋਕਾਂ ਨੂੰ ਉਹ ਤੇ ਆਉਂਦੀ ਵੀ ਮੈਨੂੰ ਮੈਨੂੰ ਡਰਾਉਂਦੇ ਮੈਂ ਨਾ ਉਹ ਉਹ ਨਾ ਡਰਾ ਕੇ ਰੱਜੇ ਕਿਸ ਨੂੰ ਕਿੰਨੂੰ ਤੁਹਾਡੇ ਵਰਕਰਸ ਨੂੰ ਇਹ ਮੈਸੇਜ ਆ ਰਹੇ ਕਿਸ ਨੂੰ ਮੈਸੇਜ ਕਰ ਰਹੇ ਮੇਰਾ ਮੇਰੇ ਨਾਲ ਹੁੰਦਾ ਮੁੰਡਾ ਘਰ ਪਈ ਤਾਂ ਉਹਦੇ ਨਾਲ ਇਹ ਆ ਵੇਖੋ ਲੈਂਗੁਏਜ ਵੇਖੋ ਤੁਸੀਂ ਤੂੰ ਜਲੂਸ ਕਢਵਾਉਣਾ ਹੁੰਦਾ ਤੂੰ ਚਾਹਣਾ ਵੀ ਮੈਂ ਤੇਰੇ ਪਿੰਡੇ ਤੇਰਾ ਜਲੂਸ ਕਢਾਂ ਤੈਨੂੰ ਪਤਾ ਕੁਛ ਹੋ ਉਹ ਫਾਰਚੂਨਰ ਕਿਵੇਂ ਆਈਏ ਕਿਵੇਂ ਨਹੀਂ ਕੈਸ਼ ਲਈ ਜਾਂ ਕਿਵੇਂ ਨਹੀਂ ਲਈ ਤੈਨੂੰ ਪਤਾ ਕੁਛ ਤਕਵਾਸ ਮਾਰਦਾ ਚਮਚਾਗਰੀ ਦੇ ਵਿੱਚ ਨਾ ਕਈ ਵਾਰ ਐਵੇਂ ਫਟਦੀ ਹੁੰਦੀ ਹੈ ਤੋਪੇ ਲਾਉਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਆ ਜਨਾਨੀ ਦੀ ਲੈਂਗੁਏਜ ਸਮਝ ਗਿਆ ਆਪ ਦੀ ਅਕਾਤ ਵਿੱਚ ਰਹਿ ਇਹ ਤਮਕਾਰ ਰਹੀ ਆ ਉਹਨੇ ਕੀ ਪਾਇਆ ਸੀ ਆ ਵੇਖੋ ਉਹਨੇ ਝੂਠਾ ਦੱਸੋ ਕੀ ਪਾਇਆ ਸੀ ਬਈ ਇੱਕ ਜਨਾਨੀ ਹੈਲਪ ਮੰਗ ਰਹੀ ਆ ਇੱਕ ਦਿਨ ਪਹਿਲਾਂ ਆ ਵੇਖੋ ਅਨੇੜੇ ਕਰਕੇ ਲਿਖੋ 뱅ਕ ਦਾ ਸਕੈਨਰ ਕੋਡ ਹੈ ਇਹ ਮੈਨੂੰ ਆਰਥਿਕ ਮਦਦ ਲੋੜ ਚਾਹੀਦੀ ਹੈ ਇਸ ਕਰਕੇ ਮੈਨੂੰ Google Pay ਕੋਡ ਸ਼ੇਅਰ ਕਰਕੇ ਮੇਰੇ ਦੋਸਤ ਮਦਦ ਕਰਨਾ ਚਾਹੁੰਦੇ ਆ ਮੇਰੀ ਹੈਲਪ ਕਰਨਾ ਚਾਹੁੰਦੇ ਆ ਮਦਦਕਾਰ ਇਹ ਕਿਸ ਵਾਸਤੇ ਮਦਦ ਮੰਗ ਰਹੀ ਸੀ ਇਹ ਮਦਦ ਮੰਗ ਰਹੀ ਸੀ ਵੀ ਮੈਨੂੰ ਪੈਸੇ ਚਾਹੀਦੇ ਆ ਅਗਲੇ ਦਿਨ ਆ ਫੋਰਚੂਨਰ ਖੜੀ ਨਾਲ ਆ ਆ ਲੈ ਰਹੀ ਏ ਤੁਹੋਂ ਪਾਤੜਾਂ ਤੋਂ ਇੱਕ ਦਿਨ ਚ ਇਹਨੇ ਪੈਸੇ ਕਿੱਥੋਂ ਮਿਲ ਗਏ ਤੂੰ ਹੀ ਪਾ ਕੇ ਵੇਖੋ ਅੱਜ ਆ ਬਾਰ ਕੋਡਾ ਬਤਾਇਆ ਸ਼ਾਇਦ ਮਿਲ ਜਾਣਾ ਫੋਰਚੂਨਰ ਤਲੋ ਅੱਜ ਲਓ ਪੜੋ ਦੋਨੋਂ ਕਿ ਐ ਐਮਐਲਏ ਸਾਹਮਣੇ ਸਾਜ ਸੀਗੀ ਤਾਂ ਕਰਕੇ ਇਹ ਕਿਰਪਾ ਹੋ ਗਈ ਇਹ ਇਹ ਸਾਜ ਮੇਰੀ ਸਾਜ ਤੇ ਜਿਹੜੀ ਹੈਗੀ ਸੀ ਹੈਗੀ ਸੀ ਮੈਂ ਤੇ ਵਿਆਹ ਕਰਾਇਆ ਸੀ ਤੇ ਜਿਹੜੇ ਜਿਹੜੇ ਲੋਕ ਇਹਨੂੰ ਹੈਲਪ ਕਰ ਰਹੇ ਆ ਤੇ ਆਹ ਕੋ ਆਹ ਕਮੈਂਟ ਇਹਦੇ ਪੜ ਲਓ ਇਹਦੇ ਕਿੰਨੇ ਹੱਕ ਚਾਉਂਦੇ ਆ ਤੁਸੀਂ ਹਰ ਇੱਕ ਚੀਜ਼ ਦੇ ਜਿਹੜੇ ਕਮੈਂਟ ਪੜਿਓ ਤੁਸੀਂ ਪੜਦੇ ਹੋ ਕਮੈਂਟ ਜਿਹੜੇ ਤੁਹਾਡੀਆਂ ਜਿਵੇਂ ਆਪ ਆਪਣੀ ਇੰਟਰਵਿਊ ਚੱਲੂਗੀ ਇਹ ਜਾਂ ਹੋਰ ਵੀ ਤੁਸੀਂ ਇੰਟਰਵਿਊ ਜਾਂਦੇ ਹੋ ਤੁਹਾਡੇ ਜਿਹੜੇ ਵਿਰੋਧੀ ਪਾਗੇ ਹੁਣ ਹੁਣ ਇਹ ਆ ਵੀ ਜਿਹੜੇ ਦੇ ਜਿਹੜੇ ਦੇ ਬੰਦੇ ਆਪਦੇ ਅਸਲੇ ਦੇ ਆ ਉਹਨਾਂ ਨੂੰ ਪਤਾ ਵੀ ਸੱਚਾ ਕੌਣ ਝੂਠਾ ਕੌਣਾ ਜਿਹੜੇ ਬੰਦੇ ਫੇਕ ਆਡੀਆਂ ਬਣਾ ਬਣਾ ਕੇ ਜਿਨ੍ਹਾਂ ਨੇ ਆਪਣੀ ਆਪਣਾ ਜੱਗ ਜਹਰ ਕਰਨਾ ਦਾ ਬੇ ਅਸੀਂ ਕੀ ਆ ਸਾਡੇ ਸਾਡਾ ਪਿਛੋਕੜ ਕੀ ਫਿਤਰਤ ਕੀ ਆ ਉਹਨਾਂ ਦਾ ਵੀ ਸਾਰਾ ਕੁਝ ਬਾਹਰ ਆ ਜਾਂਦਾ ਜਿਹੜੀ ਇਹ ਚੀਜ਼ਾਂ ਆ ਨਾ ਇਹ ਜੱਗ ਜਹਰ ਕਰਦੀਆਂ ਵੀ ਤੁਸੀਂ ਸਿਸਟਮ ਕੀ ਆ ਵੀ ਤੁਸੀਂ ਕਿੱਥੋਂ ਤੱਕ ਜਾ ਸਕਦੇ ਹੋ ਕਿਸੇ ਦਾ ਮਜ਼ਾਕ ਵੀ ਬਣਾ ਸਕਦੇ ਹੋ ਇੱਕ ਬੰਦਾ ਕੋਈ ਹੁਣ ਜਿਹੜੇ ਦੂਜੇ ਸੀ ਹੁਣ ਕੈਪਟਨ ਸਾਹਿਬ ਲਾ ਲਓ ਜਾਂ ਕੋਈ ਲਾ ਲਓ ਦੂਸਰਾ ਤੀਸਰਾ ਮੈਂ ਤਾਂ ਵਿਆਹ ਕਰਾਇਆ ਸੀ ਲੋਕਾਂ ਨੇ ਵੈਸੇ ਵੀ ਰੱਖੀਆਂ ਰੱਖੀਆਂ ਨਾ ਤੇ ਹੁਣ ਮੇਰਾ ਗੁਨਾਹ ਹੋਈ ਨਾ ਮੈਂ ਉਹਨਾਂ ਵਿਆਹ ਕਰਾਇਆ ਸੀ ਇਹੋ ਗੁਨਾਹ ਹੋਰ ਤਾਂ ਕੋਈ ਮੇਰਾ ਗੁਨਾਹ ਨਹੀਂ ਉਹਦੇ ਮੈਂ ਸੱਚ ਆਪੋ ਉਤਰਿਆ ਮੈਂ ਲੋਕਾਂ ਕੋ ਟੈਨਸ਼ਨ ਲੈਣੀ ਬੰਦ ਕਰਤੀ ਕਮੈਂਟਾਂ ਦੀ ਜਿਹੜੇ ਪਹਿਲਾਂ ਪੜਦੇ ਸੀ ਟੈਨਸ਼ਨ ਹੁੰਦੀ ਸੀ ਪਹਿਲਾਂ ਵਾਹ 80% 90 ਮੇਰੇ ਹੱਕ ਚ ਆਉਂਦੇ ਹੁਣ ਉਹਦੇ ਉਹਦੀ ਇੰਗੇਜਟ ਆਉਂਦੇ ਆ ਤੁਸੀਂ ਜਿੱਥੇ ਮਰਜੀ ਪੜ ਲਓ ਜਿਹੜਾ ਵੀ ਕੋਈ ਹੁਣ ਜਿੱਤਰਾਉਣ ਫਰਤੀ ਕਰਉ ਜਿਹੜੇ ਕਾਂਗਰਸੀ ਆ ਉਹ ਨੰਨੇ ਨੂੰ ਫੋਲ ਦੇ ਪਾਉਨੇ ਨਹੀਂ ਜਿਹੜੇ ਕੋ ਉਹ ਨਾਲ ਤੇ ਆਪਣਾ ਆਪ ਵਿਖਾਉਣਾ ਹੀ ਵਿਖਾਉਣਾ ਜਿਹੜੇ ਆਪ ਪਬਲਿਕ ਦੇ ਜਿਹੜੇ ਜਿਹੜੇ ਇਹਨੂੰ ਚੰਗੀ ਯੂਜ਼ ਕਰਦੇ ਆ ਉਹ ਸਾਡੀਆਂ ਬੜੀਆਂ ਭੈਣਾਂ ਦੇ ਮਾਵਾ ਦੇ ਮੈਨੂੰ ਬੜਿਆਂ ਦੇ ਫੋਨ ਆਏ ਪੁੱਤ ਤਰਨਾ ਮਾੜਾ ਹੋਇਆ ਉਹ ਕੋਈ ਜੀ ਲੋਕ ਵੀ ਜਿਹੜੇ ਤੁਹਾਨੂੰ ਹੈਲਪ ਵਾਸਤੇ ਵੀ ਤੂੰ ਸਾਨੂੰ ਕਿਤੇ ਵੀ ਜ਼ਿੰਦਗੀ ਚ ਤੂੰ ਠੀਕ ਆ ਤੇਰੇ ਸਾਰੀ ਇੰਟਰਵਿਊ ਸੁਣੀ ਆ ਤੇਰੇ ਪਰਿਵਾਰ ਬਾਰੇ ਪੁੱਛਿਆ ਵੇ ਤੂੰ ਠੀਕ ਸਾ ਤੂੰ ਸਹੀ ਸਾ ਉਹਨੇ ਤਰਨਾ ਗਲਤ ਕੀਤਾ ਇਹ ਵੀ ਲੋਕ ਆਂਦੇ ਮੈਨੂੰ ਮਾਪੇਣਾ ਮੈਸੇਜ ਕਰਦੇ ਆ ਮਿਲਦੇ ਵੀ ਆ ਕੇ ਕਹਿੰਦੇ ਨੇ ਨਾ ਮੇਰੀਆਂ ਭੈਣਾ ਲਾਲਾ ਮਾਰਾ ਮਾਵਾ ਲਾਲਾ ਮੈਨੂੰ ਬਹੁਤ ਹੌਸਲਾ ਦਿੰਦਿਆਂ ਵੀ ਪੁੱਤ ਕੋਈ ਨਹੀਂ ਚੰਗਾ ਬਾਹਰ ਮੇਰਾ ਖਲ ਹਜ਼ਾਰਾਂ ਭੈਣਾ ਮਾਵਾ ਦੇ ਫੋਨ ਆਏ ਮੈਨੂੰ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਉਹਨੇ ਉਹ ਜਨਾਨੀਆਂ ਦੇ ਨਾਂ ਤੇ ਕਲੰਕਿਆ ਤੂੰ ਜੋ ਤੂੰ ਸਹੀ ਸਾ ਜੇ ਤੂੰ ਵਿਆਹ ਨਾ ਕਰਾਉਂਦਾ ਫਿਰ ਤੈਨੂੰ ਅਸੀਂ ਗਲਤ ਗਿਣਦੇ ਤੂੰ ਆਪਣਾ ਫਰਜ਼ ਪੂਰਾ ਕੀਤਾ ਉਹਨੇ ਤੇਰੇ ਨਾਲ ਜੇ ਮਾੜਾ ਕੀਤਾ ਤੇ ਉਹਨੂੰ ਉਹਦੀ ਸਜ਼ਾ ਰੱਬ ਦੇਊਗਾ ਵੀ ਇਹ ਲੋਕਾਂ ਦੇ ਬਾਕੀ ਨਾਲ ਗੱਲ ਹੋਈ ਹੈ ਹੁਣ ਇਸ ਤੋਂ ਬਾਅਦ ਕੋਈ ਕਿਉਂਕਿ ਜਦੋਂ ਵਿਵਾਦ ਐਮਐਲਏ ਨਾਲ ਜੁੜ ਜੇ ਤਾਂ ਪਾਰਟੀ ਨੂੰ ਵੀ ਟੈਨਸ਼ਨ ਰਹਿੰਦੀ ਹੈ ਕਿ ਸਾਡਾ ਆਕਸ ਖਰਾਬ ਹੋ ਰਿਹਾ ਹੈ ਪਾਰਟੀ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਬਦਲਾਵ ਦੀ ਗੱਲਾਂ ਹੁੰਦੀਆਂ ਟਰੋਲ ਕੀਤਾ ਜਾਂਦਾ ਹੈ ਕਹਿ ਕੇ ਕਹਿ ਕੇ ਤਾਂ ਸੀਐਮ ਸਾਹਿਬ ਨਾਲ ਜਾਂ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨਾਂ ਨੂੰ ਮੈਂ ਦੱਸਿਆ ਸੀ ਪਹਿਲਾਂ ਇਹਨਾਂ ਨੂੰ ਵੀ ਪਤਾ ਵੀ ਮੈਂ ਦੱਸ ਕੇ ਹੀ ਜੁਆਇਨ ਕੀਤਾ ਸੀ ਵੀ ਮੇਰੇ ਦੋ ਵਿਆਹ ਆ ਹੁਣ ਜੇ ਤੁਹਾਡੀ ਜਨਤ ਨਹੀਂ ਤੁਹਾਡੇ ਇੰਗੇਜਟ ਹੋ ਜੇ ਜਾਂ ਇਹੋ ਜਿਹਾ ਕੋਈ ਹਰਕਤ ਕਰਦੇ ਤਾਂ ਉਹਦਾ ਪਾਰਟੀ ਦਾ ਤੇ ਕੋਈ ਉਹਦੇ ਚ ਪ੍ਰਤੀਕਮ ਤਾਂ ਵੀ ਜੇ ਮੈਂ ਉਹਨੂੰ ਦੱਸਿਆ ਨਹੀਂਗਾ ਮੈਂ ਪਹਿਲਾਂ ਦੱਸਿਆ ਸੀ ਵੀ ਮੇਰੇ ਵਿਆਹ ਹੋਆ ਤੇ ਮੇਰਾ ਖਿਆਲ ਉਹਦੇ ਤੇ ਕੋਈ ਮੇਰੇ ਪਰਿਵਾਰ ਨੂੰ ਚਾਹੀਦਾ ਜੇ ਮੇਰਾ ਪਰਿਵਾਰ ਕੋਈ ਮੇਰੇ ਨਾਲ ਨਾਰਾਜ਼ ਆ ਮੇਰਾ ਪਰਿਵਾਰ ਨੂੰ ਤੇ ਗਿਲਾ ਚਾਹੀਦਾ ਨਾ ਪਾਰਟੀ ਨੂੰ ਤੇ ਨਾ ਜਨਤਕ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਗੱਲਾ ਹੋਵੇ ਮੈਂ ਇੱਕ ਐਮਐਲਏ ਹਾਂ ਮੈਂ ਆਪਦੇ ਲੋਕਾਂ ਦੇ ਨਾਲ ਵਿਚਰਦਾ ਮੇਰੇ ਤੇ ਜੇ ਕੋਈ ਕਰਪਸ਼ਨ ਦੀ ਗੱਲ ਆਉਂਦੀ ਹੈ ਫਿਰ ਮੈਂ ਗੁਨਾਹਗਾਰ ਹਾਂ ਜੇ ਮੈਂ ਲੋਕਾਂ ਦੇ ਕੰਮ ਨਹੀਂ ਸਹੀ ਕਰਦਾ ਫਿਰ ਮੈਂ ਗੁਨਾਹਗਾਰ ਹਾਂ ਜੋ ਲੋਕਾਂ ਨੇ ਜਿਹੜੇ ਹਿਸਾਬ ਨਾਲ ਮੈਨੂੰ ਵੋਟਾਂ ਪਾਈਆਂ ਉਸ ਉਸ ਹਿਸਾਬ ਨਾਲ ਮੈਂ ਜੇ ਲੋਕਾਂ ਦੇ ਵਿੱਚ ਨਹੀਂ ਵਿਚਰਦਾ ਜਾਂ ਕੋਈ ਗੱਲ ਨਹੀਂ ਕਰਦਾ ਫਿਰ ਮੈਂ ਲੋਕਾਂ ਦਾ ਗੁਨਾਹਗਾਰ ਮੇਰੀ ਪਰਸਨਲ ਆਪਣੀ ਲਾਈਫ ਆ ਮਾਮਲਾ ਸੁਲਝਦਾ ਕਦੀ ਲੱਗਦਾ ਕਦੀ ਇਹ ਮਾਮਲਾ ਸੁਲਝ ਵੀ ਜਾਊਗਾ ਕਦੀ ਇੱਕ ਟੇਬਲ ਦੇ ਉੱਤੇ ਬਹਿ ਕੇ ਕੋਈ ਕੰਪਰੋਮਾਈਜ਼ ਕਰਵਾ ਦੇ ਕਿ ਚਲੋ ਤੁਸੀਂ ਆਪਣੇ ਰਾਹ ਮੈਂ ਆਪਣੇ ਰਾਹ ਇੱਕ ਬੰਦੇ ਨੂੰ ਆदत ਹੁੰਦੀ ਨਾ ਵੀ ਮੈਂ ਐਂਡ ਤੱਕ ਜਾ ਕੇ ਵੇਖਣਾ ਪੱਥਰ ਛੱਟ ਕੇ ਮੱਛੀ ਮੁੜਦੀ ਆ ਉਹ ਆਈ ਇਹਨੂੰ ਕੋਈ ਕੁਝ ਕਹੀ ਜਾਵੇ ਨੇ ਆਪਣਾ ਇਹ ਇਹਦੇ ਈਗੋ ਪ੍ਰੋਬਲਮ ਆ ਵੀ ਮੈਂ ਪਤਾ ਨਹੀਂ ਕੀ ਕਰ ਦੇਣਾ ਮੈਂ ਪਤਾ ਨਹੀਂ ਕੀ ਕਰ ਦੇਣਾ ਮੈਂ ਪਤਾ ਨਹੀਂ ਕੀ ਕਰ ਦੇਣਾ ਇਹਦੇ ਦਿਮਾਗ 'ਚ ਇਹੋ ਚੀਜ਼ੇ ਨੂੰ ਕਈਆਂ ਬੰਦੇ ਨੇ ਸਮਝਾਇਆ ਇਹਦਾ ਇੱਕ ਦਿਨ ਮੈਨੂੰ ਮੈਸੇਜ ਵੀ ਆਇਆ ਸੀ ਵੀ ਮੈਨੂੰ ਇੱਕ ਲਾਂਕੇ ਮਿਲੇ ਤੇ ਮੈਨੂੰ ਕੁੱਤੇ ਵੱਡਾ ਮੈਂ ਲਾਂਕੇ ਮਿਲਾਂ ਨੂੰ ਕੋਈ ਕੱਲ ਹੋਰ ਦੋਸ਼ਲਾ ਦੇ ਮਿਰਤੇ ਤੇ ਮੈਂ ਹਾਂ ਜੀ ਮੈਂ ਇਤਨਾ ਹੀ ਚੰਗਾ ਇਹਨੂੰ ਸਮਝਾਇਆ ਇਹ ਵੀ ਤੂੰ ਆਪਦਾ ਬਹਿ ਕੇ ਨਾ ਇਹਨਾਂ ਚੱਕਰਾਂ ਚ ਵੜਨਾ ਆਪਦਾ ਜਲੂਸ ਕੱਢਣਾ ਉਦਰਾ ਆਂਦੀ ਮੈਂ ਇਹਨੂੰ ਸਜ਼ਾ ਕਰਾਉਣੀ ਕਰਾਉਣੀ ਆ ਮੈਂ ਇਹਨੂੰ ਆ ਕਰਾਉਣਾ ਕਰਾਉਣਾ ਇਹਦਾ ਕੋਰਟ ਚ ਐ ਵਣ ਵਕੀਲਾਂ ਨੇ ਕਦੀ ਕਿਸ ਨੂੰ ਕੁੜੀ ਦਿੱਤੀ ਆ ਉਹ ਹਮੇਸ਼ਾ ਮੁੰਡੇ ਦਿੰਦੇ ਆ ਤੇ ਜਿਹੜਾ ਇਹਦਾ ਵਕੀਲ ਆ ਉਹ ਪਹਿਲੋਂ ਇਹਦੇ ਅੰਗੇਸਟ ਸੀ ਦਿਲਪਰੀ ਦਾ ਵਕੀਲ ਸੀ ਉਦੋਂ ਇਹਨੂੰ ਗਲਤ ਸਾਬਤ ਕਰਦਾ ਰਿਹਾ ਹੁਣ ਇਹਦਾ ਵਕੀਲ ਬਣ ਕੇ ਹੁਣ ਇਹਨੂੰ ਸਹੀ ਸਾਬਤ ਕਰਨ ਲੱਪਿਆ ਵਕੀਲਾਂ ਨੇ ਤੇ ਹਮੇਸ਼ਾ ਮੁੰਡੇ ਹੀ ਦਿੱਤੇ ਹ ਫਰਕ ਨੂੰ ਇਹ ਵਕੀਲ ਦੇ ਡੱਕੇ ਜੜੀ ਓਦੇ ਪਤਾ ਨਹੀਂ ਕੀ ਭਈਆ ਗੌਰਵ ਭਈਆ ਕੌਣ ਆ ਉਹਨੇ ਨੂੰ ਮੁੰਡੇ ਦਿਖਾਈ ਜਣੇ ਆ ਜਿਨਾਂ ਚਿਰ ਕੋਰਟ ਦਾ ਕੋ ਡਿਸੀਜਨ ਨਹੀਂ ਆਉਂਦਾ ਉਹ ਚਿਰ ਹਟਦੀ ਨਹੀਂ ਇਹਨੇ ਆਪਣਾ ਆਪ ਵਿਖਾਉਣਾ ਅਕੀਰ ਦੇ ਵਿੱਚ ਤਮਾ ਤੇ ਕੋਈ ਟੈਨਸ਼ਨ ਕੋਈ ਸਟ्रेस ਸਟ्रेस ਤੇ ਯਾਰ ਗੱਲ ਆ ਬੱਚੇ ਜਵਾਨ ਆ ਨਾ ਤੇ ਉਸ ਚੀਜ਼ ਦੀ ਪ੍ਰੋਬਲਮ ਆਉਂਦੀ ਆ ਤੇ ਬਾਕੀ ਆ ਵੀ ਜੋ ਕਰਦੀ ਆ ਜੋ ਰੱਬ ਨੇ ਸੋਚਿਆ ਹੋਣਾ ਨਾ ਮੇਰੇ ਸੋਚਿਆ ਕੁਝ ਹੋਣਾ ਨਾ ਤੁਹਾਡੇ ਤੇ ਨਾ ਹੋਰ ਕਹ ਦੇ ਜੋ ਰੱਬ ਨੇ ਮੇਂ ਨਹੀਂ ਬਦਨਾਮੀ ਕਰਾਉਣੀ ਸੀ ਉਹ ਮੇਰੀ ਕਿਸਮ ਵਿੱਚ ਲਿਖੀ ਸੀ ਜੋ ਮੇਰ ਨਾਲ ਚੰਗਾ ਕਰਨਾ ਰੱਬ ਨੇ ਮੇਰੀ ਕਿਸਮ ਵਿੱਚ ਲਿਖਿਆ ਮੈਂ ਡਰਤਾ ਨਹੀਂ ਇਹ ਦਿਮਾਗ ਦੇ ਵਿੱਚ ਜ਼ਹਿਨ ਚ ਪੈ ਗਿਆ ਕਿ ਕਿਤੇ ਪੰਥ ਚੋਂ ਚੇਕ ਦੇਣ ਮੈਨੂੰ ਨਹੀਂ ਪੰਥ ਤੋਂ ਮੈਂ ਇਕੱਲਾ ਥੋੜਾ ਯਾਰ ਦੂਜੇ ਵਿਹਾਲਾ ਮੈਂ ਤੋ ਫੇਰ ਆਪਣਾ ਆਧਾਰਨਾ ਦੇਣਾ ਹੁਣ ਲੱਖ ਬੰਦੇ ਨੂੰ ਛੇਕ ਦੇਣ ਜੇ ਲੱਖ ਨੂੰ ਛੇਕ ਦੇਣ ਕਿਤੇ ਮੈਨੂੰ ਵੀ ਛੇਕ ਦੇਣਾ ਤੇ ਜੇ ਕੋਈ ਜਿੱਥੇ ਉਹ ਤੁਰੇ ਫਿਰਨਗੇ ਦਕਸ਼ੇ ਕੀ ਤੇ ਮੈਂ ਵੀ ਚੁਕਿਆ ਤੁਰੇ ਫਿਰੂੰਗਾ ਮੈਂ ਸਜ਼ਾ ਭੁਗਤਣ ਤੋਂ ਨਹੀਂ ਡਰਦਾ ਜੇ ਮੈਂ ਕੋਈ ਮੈਂ ਗੁਨਾਹਗਰ ਲੱਗੂੰ ਉਹਨਾਂ ਨੂੰ ਤੇ ਮੈਂ ਸਜ਼ਾ ਭੁਗਤ ਲੂੰਗਾ ਕੋਈ ਫਰਕ ਨਹੀਂ ਮੇਰਾ ਸਾਡਾ ਉਹ ਸਿੱਖਾਂ ਦਾ ਇੱਕ ਰਾਜਾ ਆ ਜੇ ਰਾਜਾ ਮੈਨੂੰ ਕੋਈ ਸਜ਼ਾ ਦੇਊਗਾ ਮੈਂ ਉਹ ਤੋਂ ਨਹੀਂ ਮਾਰਾ ਰਣਜੀਤ ਸਿੰਘ ਨੂੰ ਵੀ ਸਜ਼ਾ ਮਿਲੀ ਬੜਿਆ ਮੁਲਖਾਂ ਚ ਬੜਿਆਂ ਬੰਦਿਆਂ ਨੂੰ ਸਜ਼ਾ ਮਿਲੀ ਆ ਉੱਚ ਕੀ ਹੁੰਦਾ ਸਜ਼ਾ ਜੇ ਅਸੀਂ ਆਪਣੇ ਗੁਰੂ ਦੇ ਕੋਈ ਭਾਂਡੇ ਮਾਣਣ ਦੀ ਗੱਲ ਕਰਦਾ ਜਾਂ ਕੁਝ ਕਰਦਾ ਉਹਦੇ ਚ ਗੁਰੂ ਜੀ ਤੋਂ ਆਹੀਂ ਵੱਡੇ ਨਹੀਂ ਹੈਗੇ ਨਾ ਕਾਲ ਤੱਕ ਤੇ ਚੱਲ ਆ ਆਖਿਰ ਚ ਖੋਰ ਲੈਣਾ ਚਾਹੁੰਗਾ ਇੱਕ ਕਮੈਂਟ ਮੈਂ ਪੜ ਰਿਹਾ ਸੀ ਕਹਿੰਦੇ ਪਠਾਨ ਮਾਜਰਾ ਜਣੀ ਫੱਕਰ ਬਹੁਤ ਨਹੀਂ ਕਹਿੰਦੇ ਕਹਿੰਦੇ ਕੋਈ ਪਰਵਾਹ ਹੀ ਨਹੀਂ ਕਰਦੇ ਟੈਨਸ਼ਨ ਨਹੀਂ ਲੈਂਦੇ ਇਹ ਕਿਵੇਂ ਇਹ ਐਟੀਟਿਊਡ ਤੁਹਾਡਾ ਕਿਵੇਂ ਹੈ ਇਹ ਕਿਵੇਂ ਤੁਹਾਡੇ ਪੂਰੀ ਇਹ ਬੋਡੀ ਲੈਂਗੁਏਜ ਹੈ ਕਿਵੇਂ ਯਾਰ ਕਾਲ ਦੱਸਾਂ ਕੀ ਆ ਫਿਕਰ ਕਰਾਂਗੇ ਫਿਰ ਮਿਲ ਕੇ ਜਾਣਾ ਜ਼ਿੰਦਗੀ ਚ ਜੇ ਤੁਸੀਂ ਤੁਹਾਨੂੰ ਕੋਈ ਵਿਪਤਾ ਪੈਂਦੀ ਆ ਉਹਦਾ ਸਾਹਮਣਾ ਕਰੋ ਆਪ ਦਾ ਡਟ ਕੇ ਖੜੋ ਜੇ ਹੁਣ ਮੈਨੂੰ ਜਦੋਂ ਆ ਤੁਸੀਂ ਮੇਰਾ ਖਾਲ ਸਭ ਤੋਂ ਪਹਿਲੀ ਇੰਟਰਵਿਊ ਤੁਸੀਂ ਲੈ ਕੇ ਗਏ ਮੇਰੇ ਕੋ ਤੇ ਮੈਂ ਤੁਹਾਨੂੰ ਇੱਕ ਮੈਨੂੰ ਲੋਕ ਬੜਿਆਂ ਦੇ ਹੀ ਮੁੱਕਰ ਜਾਂ ਮਾਨਾ ਬੰਦੇ ਦਾ ਕੰਮ ਨਹੀਂ ਮੁੱਕਰਨਾ ਜੇ ਕੁਝ ਹੋ ਗਿਆ ਗਲਤੀ ਹੋਈ ਮੰਨੀਆਂ ਗਲਤੀ ਕੋਈ ਵਿਪਤਾ ਪਈ ਮੈਨੂੰ ਇੱਕ ਥੋੜਾ ਵਿਪਤਾ ਪਈ ਮੈਂ ਜਿਹੜੇ ਦਿਨ ਦਾ ਮੇਰਾ ਫਾਦਰ ਪੂਰਾ ਆ 99 ਦਾ ਤੇ ਮੇਰੇ ਤੇ ਵਿਪਤਾ ਰਹੀਆਂ ਮੈਂ ਫੇਸ ਕਰਦਾ ਮੈਨੂੰ ਐਡਾ ਕੋਈ ਨਹੀਂ ਰੱਬ ਮੇਰੇ ਨਾਲ ਆ ਬਾਬਾ ਬੁੱਢਾ ਮੇਰੇ ਨਾਲ ਆ ਜੇ ਮੇਰੇ ਤੇ ਵਿਪਤਾ ਪਾਉਂਦੀ ਮੇਰੀ ਮਾਂ ਨੇ ਇੱਕ ਚੀਜ਼ ਮੈਨੂੰ ਸਿਖਾਈ ਆ ਵੀ ਪੁੱਤ ਜੇ ਚੰਗਾ ਟਾਈਮ ਨਹੀਂ ਨਾ ਰਿਹਾ ਤੇ ਤੂੰ ਚੁੱਪ ਕਰਕੇ ਡਟਿਆ ਰਹੀ ਮਾੜਾ ਵੀ ਨਹੀਂ ਰਹਿਣਾ ਇਹ ਵੀ ਨਿਕਲ ਨਿਕਲ ਜਾਣਾ ਤੇ ਮੇਰੀ ਮਾਤਾ ਦੀ ਮੈਨੂੰ ਅਸੀਸ ਆ ਮੇਰੀ ਮਾਤਾ 18 ਘੰਟੇ 19 ਪਾਠ ਦੀ ਉਹਦੀ ਐਵਰੇਜ ਆ ਰੋਜ਼ ਦੀ ਕਈ ਵਾਰਾਂ 40 40 ਘੰਟੇ 41 ਬਲੀ ਬਿਟੇ ਰਹਿੰਦੇ ਆ ਉਹ ਮੈਂ ਤਾਂ ਪਾਪੀ ਆ ਪਰ ਮੇਰੀ ਮਾਤਾ ਦੀ ਜਿਹੜੀ ਅਸੀਸਾਂ ਵਾਲਾ ਪਾਠ ਆ ਉਹ ਮੈਨੂੰ ਲਈ ਆਉਂਦਾ ਆ ਬਦਨਾਮੀ ਕਿਵੇਂ ਮੇਰੇ ਮੱਥੇ ਲੱਗਣੀ ਸੀ ਇੱਕ ਸਾਡੇ ਪਰਿਵਾਰ ਨੂੰ ਕਲੰਕ ਲੱਗਣਾ ਹੀ ਇਸ ਜਨਾਨੀ ਨਾਲ ਵਾਹ ਪੈਣ ਨਾਲ ਉਹ ਮੈਨੂੰ ساری ਉਮਰ ਪਛਤਾਵਾ ਰਹੂਗਾ ਇਹਨਾਂ ਦੀ ਬੋਤਨ ਵਰਤਾਰ ਮਿਸਿੰਗ ਪਠਾਨ ਮਾਜਰਾ ਖਾਸ ਤੌਰ ਦੇ ਉੱਤੇ ਜੁੜੇ ਸਾਡੇ ਨਾਲ ਬਾਕੀ ਦੇ ਨਾਲ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੈ ਔਰ ਕਿਹਾ ਕਿ ਜੋ ਹੁਕਮ ਅਕਾਤਕ ਸਾਹਿਬ ਦਾ ਹੋਏਗਾ ਉਹ ਮੈਂ ਮੰਨਣ ਨੂੰ ਰਾਜ਼ੀ ਹਾਂ ਕਿਆ ਪਰਸਨ ਦਵਿੰਦਰ ਦਿਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ